ਰੁਪਿੰਦਰ ਜੀ ਮੈਂ ਹੁਣੇ ਆਪਣੇ ਈਲ ਸਾਹਿਬ ਨਾਲ ਗੱਲ ਕੀਤੀ ਹੈ ਸਰਤੇਜ ਨਰੂਲਾ ਨਾਲ ਹਾਂਜੀ ਹਾਂਜੀ ਉਹ ਹੀ ਸੇਜ਼ ਕਿ ਇਹ ਕੋਈ ਗਰੰਟੀ ਨਹੀਂ ਹੈਗੀ ਪੁਲਿਸ ਵਾਲਿਆਂ ਦੀ ਤੁਹਾਨੂੰ ਇਸ ਚ ਬੁਲਾ ਕੇ ਕੋਈ ਹੋਰ ਕੇਸ ਸਿਸਟਰ ਕਰਕੇ ਤੁਹਾਡੇ ਤੇ ਰੈਸਟ ਤੁਹਾਡੀ ਪਾ ਦੇਣ ਨਹੀਂ 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 ਭਾਈ ਜੀ ਇਦਾਂ ਦੀ ਦੇਖੋ ਇਹ ਤੁਸੀਂ ਤੁਹਾਡੇ ਮਨ ਨੂੰ ਹੈਗਾ ਇਦਾਂ ਹੋਈ ਨਹੀਂ ਸਕਦਾ ਮੇਰੀ ਰਿਕਾਰਡਿੰਗ ਕਰ ਲਓ ਤੁਹਾਡੇ ਆਲਰੇਡੀ ਰਿਕਾਰਡਿੰਗ ਲੱਗੀ ਹੋਣੀ ਹੈ ਹਾਂਜੀ ਲੱਗੀ ਹੋਈ ਹੈ ਹਾਂ ਇਦਾਂ ਨਹੀਂ ਹੋਏ ਕਰਦਾ ਹੈ ਕਿ ਜੋ ਗੱਲ ਤੁਹਾਨੂੰ ਅਸੀਂ ਪਰਵਾਨਾ ਜਿਹੜਾ ਦਵਾਂਗੇ ਉਸੇ ਸ਼ਾਮਲ ਕਰਾਂਗੇ ਆ ਕੋਈ ਹੋਰ ਕੋਈ ਐਫਆਈਆਰ ਹੈ ਦੀ ਮੇਰੇ ਮੈਂ ਭਾਜੀ ਗੱਲ ਸੁਣੋ ਅਸੀਂ ਮਾਨ ਦੇਖੋ ਸਾਡਾ ਕੋਈ ਨਿੱਜੀ ਫੇਰ ਤੁਸੀਂ ਕਹਿੰਦੇ ਇਹਨੂੰ ਨਿੱਜੀ ਕਿਉਂ ਬਣਾਉਂਦੇ ਤੁਸੀਂ ਸਾਡਾ ਕੀ ਨਿੱਜੀ ਹੈ ਮੈਨੂੰ ਐ ਦੱਸੋ ਮੇਰੀ ਨਿੱਜੀ ਤਾਂ ਕੋਈ ਵੀ ਨਹੀਂ ਯਾਰ ਤੁਹਾਡਾ ਕੋਈ ਨਿੱਜੀ ਨਹੀਂ ਬਸ 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 ਤੁਹਾਨੂੰ ਮੈਂ ਤੁਹਾਨੂੰ ਰਿਕਾਰਡਿੰਗ ਕਰ ਲਉ ਮੈਂ ਤੁਹਾਨੂੰ ਮੁਕੱਦਮਾ ਨੰਬਰ 7 ਜੋ ਆਲਰੇਡੀ ਜਿਹੜੇ ਤੁਸੀਂ ਇੱਕੋ ਜਿਹੀ ਸ਼ਾਮਲ ਹੋ ਲਿਓ ਹੋਰ ਪੁੱਛਗਿਛ ਲਈ ਤੁਸੀਂ ਸਾਡੇ ਕੋਲ ਸ਼ਾਮਲ ਹੋ ਜਿਓ ਤੋਂ ਇਲਾਵਾ ਅਸੀਂ ਜਿਹੜਾ ਤੁਹਾਡਾ ਜਿਹੜਾ ਕਹਿੰਦੇ ਵੀ ਹੋਰ ਕਿਸੇ ਮੁਕੱਦਮੇ 'ਚ ਗ੍ਰਿਫਤਾਰੀ ਪਾ ਲਈ ਇਹ ਨਹੀਂ ਕਰਿਆ ਉਹ ਬਿਲਕੁਲ ਨਹੀਂ ਹੋਏਗਾ ਭਾਜੀ ਅਸੀਂ ਮਾਨਜੋਗ ਅ ਸੈਂਕੜੇ ਥੈਂਕ ਯੂ ਬਹੁਤ ਠੀਕ ਹੈ ਠੀਕ ਹੈ ਜੀ ਤੁਸੀਂ ਜਿਹੜਾ ਹੈਗਾ ਮੈਂ ਤੁਹਾਨੂੰ ਪ੍ਰਵਾਨਨਾ ਵੀ ਭੇਜ ਦੂੰਗਾ ਇਸ ਕਾਰਨ ਤੁਸੀਂ ਵੇਚਣਾ ਠੀਕ ਹੈ ਠੀਕ ਹੈ ਓਕੇ ਮੋਦੀ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਨਹੈਰਿਟੈਂਸ ਤੇ ਅੰਕੁਸ਼ ਲੱਗ ਜਾਏਗਾ ਕਾਂਗਰਸ ਸਰਕਾਰ ਆ ਜਾਏਗੀ ਉਹ ਬਿਲਕੁਲ ਗਲਤ ਆ ਝੂਠ ਆ ਜਿਹੜੀ ਗੱਲ ਮੋਦੀ ਸਾਹਿਬ ਕਹਿ ਰਹੇ ਆ ਉਹ ਦੇਸ਼ ਵਿਰੋਧੀ ਗੱਲ ਕਹਿ ਰਹੇ ਮੰਗਲ ਸੁੱਤਰ ਰੱਖਣ ਦਾ ਤਾਂ ਹੱਕ ਹੋਵੇ 8 10 15 ਰੱਖਣ ਦਾ ਹੱਕ ਨਾ ਹੋਵੇ ਫਿਰ ਮੈਂ ਕੁਸ਼ਵੰਤ ਸਿੰਘ ਜੀ ਨੂੰ ਲਿਖਿਆ ਮੈਂ ਕਿ ਦੇਖ ਭਾਈ ਮੈਂ ਜਾਣਦਾ ਤੂੰ ਇਨਹੈਰੀਟੈਂਸ ਦੇ ਉੱਤੇ ਬਹੁਤ ਐਸ਼ ਕੀਤਾ ਉਸ ਟਾਈਮਜ਼ ਦੇ ਵਿੱਚ ਜਦਾਦ ਸਾਹਿਬ ਦਾ ਜਿਹੜਾ ਸੁਝਾਅ ਸੀ ਉਹ ਕੁਸ਼ਵੰਤ ਸਿੰਘ ਜਿਹੜੇ ਪ੍ਰਸਿੱਧ ਲੇਖਕ ਵੀ ਸੀ ਔਰ ਐਡੀਟਰ ਵੀ ਰਹੇ ਉਹਨਾਂ ਨੇ ਇਹਨਾਂ ਦਾ ਹਵਾਲਾ ਦੇ ਕੇ ਛਾਪਿਆ ਲੇਖ ਸਿੰਘ ਆਦੂ ਵਾਲਿਆ ਨੇ ਵੀ ਇਨਹੈਰੀਟੈਂਸ ਟੈਕਸ ਦੀ ਸਪੋਰਟ ਕੀਤੀ ਜੇ ਇਨਹੈਰੀਟੈਂਸ ਉੱਤੇ লাগাম ਨਹੀਂ ਲਗਾਈ ਥੋੜੇ ਸਾਲਾਂ ਚ ਸਾਰੇ ਪੈਸੇ ਇੱਕ ਪਾਸੇ ਹੋ ਜਾਣੇ ਸਾਰੀ ਪਾਵਰ ਇੱਕ ਪਾਸੇ ਹੋ ਜਾਣੀ ਬਾਕੀ ਸਾਰੇ ਗੁਲਾਮ ਇਹਦੇ ਫਿਰ ਉਹ ਰਾਜਾਸ਼ਾਹੀ ਬਣਦੇ ਕਿ ਉਸ ਯੰਗ ਮੁਲਕ ਨੂੰ ਜੇ ਤੁਸੀਂ ਇਹ ਜ਼ਹਿਰ ਚਟਾਤਾ ਨਾ ਅਨਫੈਟਡ ਇਨਹੇਰਟੈਂਸ ਦਾ ਇਹ ਮਿੱਠਾ ਜ਼ਹਿਰ ਹੈ ਇਹ ਉਹ ਯੰਗ ਜਿਹੜੇ ਬੰਦੇ ਨੇ ਉਹਨਾਂ ਦੀ ਸਾਰੀ ਫਿਊਚਰ ਖਤਮ ਕਰ ਦਿੰਦਾ ਰਾਸ਼ਟਰ ਚਾਰ ਨੂੰ ਵੀ ਰੋਕਣ ਵਾਸਤੇ ਇਨਹੈਰਟੈਂਸ ਟੈਕਸ ਇਕ ਅੰਕੁਸ਼ ਲੋਣਾ ਬਹੁਤ ਜ਼ਰੂਰੀ ਹੈ ਅਮਰੀਕਾ ਨੇ ਕੀ ਕੀਤਾ ਕਿ ਆਪਣੇ ਰੈਸ਼ਨਲਾਈਜ਼ਡ ਇਨਹੈਰਟੈਂਸ ਸਕ੍ਰੈਪ ਕਰ ਦਿੱਤੇ ਇਹੋ ਜੀ ਚੋਰ ਉ ਚੱਕੀ ਸਕੀਮਾਂ ਚੱਲ ਪਈਆਂ ਉੱਥੇ ਚਾਰ ਸਾਲਾਂ ਚ ਅਮਰੀਕਾ ਵੀ ਡਾਊਨ ਸਾਰਾ ਯੂਰਪ ਉਹਨੇ ਖਿੱਚ ਲਿਆ ਨਾਲ ਅਮਰੀਕਾ ਜਿਹੜਾ ਕਿ ਇੱਕ ਕੈਪਟਲਿਸਟ ਕੰਟਰੀ ਆ ਪੂੰਜੀਵਾਦ ਉੱਥੇ ਹੈਗਾ ਉਹਦੇ ਵਿੱਚ ਇੱਕ ਕਲਾਸ ਬਹੁਤ ਅਮੀਰ ਹੋ ਰਹੀ ਆ ਇੱਕ ਬਹੁਤ ਗਰੀਬ ਹੋ ਰਹੀ ਆ ਉੱਥੇ ਉਹਨਾਂ ਨੇ ਫਲੂਇਡ ਸੈਕਸ ਦੀ ਪਾਲਿਸੀ ਲਗਾਤੀ ਤੁਹਾਡਾ ਕੋਈ ਕੰਟਰੋਲ ਨਹੀਂ ਹੋਏਗਾ ਉਹਦੇ ਉੱਤੇ ਯੂ ਮਾਰਕ ਮਾਈ ਵਰਡਸ ਇਹ ਫਿਰ ਗੱਫੇ ਵਾਲੀ ਜਮਾਤ ਹੈ ਉਹ ਗੱਫੇ ਵਾਲੀ ਜਮਾਤ ਉਹ ਵੱਡੀ ਹੋ ਜਾਏਗੀ ਤੇ ਅਸੀਂ ਸਾਰੇ ਕੀ ਹੋ ਜਾਾਂਗੇ ਜੀ ਵਿਲਾਮ ਹੋ ਜਾਣਗੇ ਜਿਹੜਾ ਬਹੁਤ ਅਮੀਰ ਹੈ ਉਹਨੇ ਸਭ ਤੋਂ ਪਹਿਲੇ ਸਭ ਤੋਂ ਵੱਡਾ ਅਮੀਰ ਖਿੱਚਣਾ ਹੈ ਕਿਉਂ ਅਮੀਰਾਂ ਦਾ ਰਾਜ ਹੈ ਬੜਾ ਕ੍ਰਿਟੀਕਲ ਹੈ ਇਹ ਬਿਨਾ ਸਾਡੇ ਨੋਟਿਸ ਤੋਂ ਚੋਰਾਂ ਦਾ ਰਾਜ ਬਣ ਜਾਂਦਾ ਹੈ ਇਨਹੈਰੀਟੈਂਸ ਦੀ ਪਾਲਿਸੀ ਲਾਗੂ ਆ ਟੈਕਸ ਤੁਸੀਂ ਦੇਣਾ ਨਹੀਂ ਤੇ ਫਿਰ ਜਿਹੜੇ ਠੱਗ ਠਗਾਂ ਦੇ ਠੱਗ ਜਿਹਦੇ ਬਾਰੇ ਅਸੀਂ ਪੰਜਾਬ ਦਸਤਾਵੇਜ਼ ਤੇ ਬਹੁਤ ਰੌਲਾ ਪਾਉਂਦੇ ਆ ਉਹਨਾਂ ਦੀ ਗਿਣਤੀ ਵਧਦੀ ਜਾਏਗੀ इन इक्वालिटी इन अमेरिका मैचेस दी इनइक्वालिटी टुडे इन बांग्लादेश पंजाब दस्तआवेज ਦੇ ਦਰਸ਼ਕਾਂ ਲਈ ਅਸੀਂ ਅੱਜ ਇੱਕ ਬਹੁਤ ਹੀ ਵਿਸ਼ੇਸ਼ ਮੁਲਾਕਾਤ ਲੈ ਕੇ ਹਾਜ਼ਰ ਹਾਂ ਤੁਸੀਂ ਸੁਣ ਰਹੇ ਹੋਵੋਗੇ ਇਲੈਕਸ਼ਨ ਟਾਈਮ ਦੇ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਕਹਿ ਰਹੇ ਆ ਕਿ ਕਾਂਗਰਸ ਦਾ ਜੇ ਰਾਜ ਆ ਗਿਆ ਤਾਂ ਤੁਹਾਡੇ ਮੰਗਲ ਸੂਤਰ ਲਾਹ ਲਏ ਜਾਣਗੇ ਤੁਹਾਡੀ ਜਾਇਦਾਦ ਖੋਹੀ ਜਾਏਗੀ ਪਰ ਇਸ ਸਾਰਾ ਜਿਹੜਾ ਵਿਵਾਦ ਹੈ ਇਹ ਹੈਗਾ ਜੀ ਪੁਸਤਾਨੀ ਜਾਇਦਾਦ ਦੇ ਹੱਕ ਨੂੰ ਲੈ ਕੇ ਸ਼ੁਰੂ ਹੋਇਆ ਇਨਹੈਰਿਟੈਂਸ ਜਿਹੜੀ ਹੈਗੀ ਹੈ ਪ੍ਰਾਪਰਟੀ ਉਹਦੇ ਬਾਰੇ ਇਸ ਸਾਰੇ ਕਨਸੈਪਟ ਨੂੰ ਐਕਸਪਲੇਨ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਸਰਦਾਰ ਅਰਦੇਸ਼ ਸਿੰਘ ਜਿਨ੍ਹਾਂ ਨੇ ਇਸ ਕਨਸੈਪਟ ਨੂੰ ਪੜਿਆ ਸੋਚਿਆ ਵਿਚਾਰਿਆ 200 ਸਾਲ ਪੁਰਾਣਾ ਇੱਕ ਕਨਸੈਪਟ ਔਰ ਇਸ ਨੂੰ ਸਭ ਤੋਂ ਪਹਿਲਾਂ ਦਿੱਤਾ ਕਿਨੇ ਆਰਮ ਸੁਮਿਤ ਐਡਮਸ ਸੁਮਿਤ ਜਿਹੜਾ ਕਿ ਇੱਕ ਅਮਰੀਕਾ ਦਾ ਇਕਨੋਮਿਸਟ ਸੀ ਅਰਥ ਸ਼ਾਸਤਰੀ ਸੀ ਫਿਲਾਸਫਰ ਸੀ ਉਹਦੀ ਇੱਕ ਟੀਮ ਸੀ ਉਹਨੇ ਕਿਹਾ ਜੇ ਪੂੰਜੀਵਾਦ ਦੈਟ ਇਜ਼ ਕੈਪਟਲਿਜ਼ਮ ਜੇ ਇਹਨੇ ਸਰਵਾਈਵ ਕਰਨਾ ਹੈ ਤਾਂ ਇਨਹੈਰੀਟੈਂਸ ਤੇ ਅੰਕੁਸ਼ ਲਾਉਣਾ ਪਏਗਾ ਇਹਨਾਂ ਇਨਹੈਰੀਟੈਂਸ ਦਾ ਮਤਲਬ ਜਾਇਦਾਦ ਜਿਹੜੀ ਪੁਸ਼ਤਾਨੀ ਹੈ ਉਤੇ ਇੱਕ ਰੁਕਾਵਟ ਕਿਸੇ ਪੱਧਰ ਤੇ ਲਾਉਣੀ ਪਵੇਗੀ ਨਹੀਂ ਤਾਂ ਫਿਰ ਕੀ ਹੋਏਗਾ ਜੀ ਕਿਸੇ ਵੀ ਮੁਲਕ ਦੇ ਵਿੱਚ ਸਾਰੀ ਸੰਪਤੀ ਸਿਰਫ 94 ਬੰਦਿਆਂ ਦੇ ਹੱਥ ਚ ਆ ਜਾਏਗੀ ਤੇ ਬਾਕੀ ਸਾਰੀ ਜਨਤਾ ਜਨਾਰਦਨ ਸਲੇਵ ਯਾਨੀ ਕਿ ਗੁਲਾਮ ਬਣ ਕੇ ਰਹਿ ਜਾਏਗੀ ਇਸ ਵਿਸ਼ੇ ਨੂੰ ਵਿਸਤਾਰ ਪੂਰਵਕ ਐਕਸਪਲੇਨ ਕਰਨਗੇ ਸardar ਆਦੇਸ ਸਿੰਘ ਉਹਨਾਂ ਨਾਲ ਮਿਲਦੇ ਹਾਂ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਦੇਸ ਜੀ ਤੁਸੀਂ ਇਸ ਚੀਜ਼ ਦੇ ਹਮਾਇਤੀ ਹੂੰ ਕਿ ਭਾਰਤ ਦੇ ਵਿੱਚ ਵੀ ਇਨਹੈਰੀਟੈਂਸ ਤੇ પ્રતિਬੰਧ ਜਾਂ ਅੰਕੁਸ਼ ਜਾਂ ਟੈਕਸ ਲੱਗਣਾ ਚਾਹੀਦਾ ਤੁਸੀਂ ਇਸ ਤੇ ਵਿਸਤਾਰ ਦਿਓ ਸਾਨੂੰ ਸ਼ੁਕਰੀਆ ਸਰ ਜੀ ਆ ਇਹ ਸਭ ਤੋਂ ਚੰਗੀ ਗੱਲ ਹੈ ਕਿ ਮੈਂ ਇਸ ਗੱਲ ਨੂੰ ਉਹ ਨਹੀਂ ਹਾਂ ਪਹਿਲਾ ਬੰਦਾ ਨਹੀਂ ਹਾਂ ਜਿਹਨੇ ਫੜਿਆ ਕਿਉਂਕਿ ਫਿਰ ਬੜੀ ਮੁਸ਼ਕਲ ਹੋ ਜਾਣੀ ਸੀ ਮੇਰੇ ਵਾਸਤੇ ਇਹ ਜਿਸ ਤਰ੍ਹਾਂ ਤੁਸੀਂ ਕਿਹਾ 200 ਸਾਲ ਪੁਰਾਣੀ ਗੱਲ ਹੈਗੀ ਹੈ ਜੀ ਤੇ ਜਿਹੜੇ ਫਾਊਂਡਰਸ ਸੀਗੇ ਕੈਪੀਟਲਿਜ਼ਮ ਤੇ ਪੂੰਜੀਵਾਦ ਤੇ ਉਹਨਾਂ ਨੂੰ ਬੜਾ ਕਲੀਅਰ ਸੀਗਾ ਕਿ ਜੇ ਇਨਹੈਰੀਟੈਂਸ ਉੱਤੇ ਲਗਾਮ ਨਹੀਂ ਲਗਾਈ ਤੇ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਥੋੜੇ ਸਾਲਾਂ ਚ ਸਾਰੇ ਪੈਸੇ ਇੱਕ ਪਾਸੇ ਹੋ ਜਾਣੇ ਸਾਰੀ ਪਾਵਰ ਇੱਕ ਪਾਸੇ ਹੋ ਜਾਣੀ ਬਾਕੀ ਸਾਰੇ ਗੁਲਾਮ ਸੋ ਇਹੋ ਜੀ ਸਿਚੁਏਸ਼ਨ ਵਿੱਚ ਨਾ ਤੇ ਕੈਪੀਟਲਿਜ਼ਮ ਚੱਲ ਸਕਦਾ ਤੇ ਨਾ ਡੈਮੋਕ੍ਰੇਸੀ ਚੱਲ ਸਕਦੀ ਸੋ ਉਹਨਾਂ ਨੇ ਕਿਹਾ ਕਿ ਭਾਈ ਦੇਖੋ ਕਿਸੇ ਨੇ ਬਹੁਤ ਚੰਗਾ ਕੰਮ ਕੀਤਾ ਵਾਗਿਰਦੀ ਮੇਰ ਰਹੀ ਉਹਦੇ ਕੋਲ ਬਹੁਤ ਸਾਰੀ ਸੰਪਤੀ ਆ ਗਈ ਸੋ ਐਕਸ ਵੋਲਿਊਮ ਲੈਟ ਅਸ ਸੇ 20 ਕਰੋੜ ਰੁਪਿਆ ਪਰ ਇਨਹੈਰੀਟਰ ਮਤਲਬ ਪਰ ਬੱਚਾ ਜਨਾਨੀ ਜੋ ਵੀ ਦਿਨ ਪੈਸੇ ਦੇਣੇ ਆ ਉਹ ਤੁਸੀਂ ਸਮਝੋ ਕਿ ਟੈਕਸ ਫਰੀ ਨੇ ਉਹ ਉਹਨੂੰ ਟੈਕਸ ਫਰੀ ਜਾਣਗੇ ਇੱਕ ਲਿਮਿਟ ਲਾਤੀ ਜੀ ਲਿਮਿਟ ਲਾਤੀ ਵੀ 20 ਕਰੋੜ ਰੁਪਿਆ ਤੁਹਾਡਾ ਬਾਪ ਦਾਦਾ ਤੁਹਾਨੂੰ ਦੇ ਸਕਦਾ 20 ਕਰੋੜ ਤੋਂ ਉੱਤੇ ਟੈਕਸ ਉਹ ਟੈਕਸ ਹੁੰਦਾ ਵੀ 40% ਹੈ 40% ਸੋ ਥੈਟ ਜਿਹੜੀ ਇਨਇਕਵਾਲਿਟੀ ਹੈ ਸੋਸਾਇਟੀ ਵਿੱਚ ਇਨਇਕਵਾਲਿਟੀ ਮਤਲਬ ਕਿ ਉਹ ਕਿਸੇ ਨੂੰ ਬਹੁਤ ਜ਼ਿਆਦਾ ਕਿਸੇ ਨੂੰ ਬਹੁਤ ਕਾਣੀ ਵੰਡ ਕਹਿ ਸਕਦੇ ਜਿਹੜੀ ਇਹ ਕਾਣੀ ਵੰਡ ਹੈ ਇਹ ਠੀਕ ਹੋ ਜਾਏ ਕਿਉਂਕਿ ਨਾ ਤੇ ਡੈਮੋਕ੍ਰੇਸੀ ਚੱਲ ਸਕਦੀ ਹੈ ਜੇ ਪੈਸੇ ਸਾਰੇ ਇੱਕੋ ਪਾਸੇ ਹੋਣ ਨਾ ਤੁਹਾਡਾ ਕੈਪੀਟਲਿਜ਼ਮ ਚੱਲ ਸਕਦਾ ਕਰੋਨੀ ਕੈਪੀਟਲਿਜ਼ਮ ਜ਼ਰੂਰ ਚੱਲ ਸਕਦਾ ਲੁੱਟਪਾਟ ਜ਼ਰੂਰ ਚੱਲ ਸਕਦੀ ਹੈ ਇਹ ਤਾਂ ਫਿਰ ਰਾਜਾਸ਼ਾਹੀ ਬਣ ਜੇਗੀ ਉਸੇ ਤਰ੍ਹਾਂ ਦੇ ਕੁਝ ਮਤਲਬ ਕਿ 94 ਲੋਕ ਰਾਜੇ ਬਣ ਗਏ ਉਹਨਾਂ ਦੇ ਜਿਹੜੇ ਫਿਲਾਸਫਰ ਸੀ ਉਹਨਾਂ ਨੇ ਬੜੇ ਕਲੀਅਰਲੀ ਕਿਹਾ ਕਿ ਭਾਈ ਅਸੀਂ ਯੂਰਪ ਛੱਡ ਕੇ ਅਮਰੀਕਾ ਆਏ ਇੱਥੇ ਜੰਗ ਕੀਤੀ ਐਸੇ ਆਪਸ ਵਿੱਚ ਵੀ ਲੜੇ ਹੁਣ ਉਹ ਇਸ ਕਰਕੇ ਨਹੀਂ ਲੜੇ ਕਿ ਅਸੀਂ ਇੱਥੇ ਦੇ ਰਾਜ ਆਪਣੇ ਬਣਾਏ ਚੱਲੀਏ ਸੋ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਪੋਲਿਸੀ ਆਫ ਅਨਫੈਟਡ ਇਨਹੇਰਟੈਂਸ ਵਾ ਉਹ ਬਿਲਕੁਲ ਨਕਾਰੀ ਗਈ ਅਨਫੈਟਡ ਦਾ ਮਤਲਬ ਹੈ ਬੇ ਬੇਲਗਾਮ ਪੁਸ਼ਤਾਨੀ ਜਾਇਦਾਦ ਦਾ ਹੱਕ ਜਿਹੜਾ ਹੈਗਾ ਉਹ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਜੀ ਉਹ ਕਿਉਂ ਨਹੀਂ ਹੋਣਾ ਚਾਹੀਦਾ ਬਿਕੋਜ਼ ਇਨ ਇਕੁਐਲਟੀ ਬਹੁਤ ਵੱਧ ਜਾਂਦੀ ਹੈ ਓਪਰਚੁਨਿਟੀ ਸਾਰੀ ਖਤਮ ਹੋ ਜਾਂਦੀ ਹੈ ਬੰਦਿਆਂ ਦੀ ਦੂਜੀ ਗੱਲ ਜਿਹੜਾ ਯੰਗ ਮੋਲਕ ਹੈ ਨਾ ਉਹਨਾਂ ਯੰਗ ਮੋਲਕ ਦੁਨੀਆ 'ਚ ਦੋ ਨੇ ਜਿਹੜੇ ਚ ਯੰਗ ਪੋਪੂਲੇਸ਼ਨ ਬਹੁਤ ਜ਼ਿਆਦਾ ਇੱਕ ਇੰਡੀਆ ਦੂਜਾ ਬ੍ਰਾਜ਼ੀਲ ਬ੍ਰਾਜ਼ੀਲ ਯੰਗ ਮੋਲਕ ਨੂੰ ਜੇ ਤੁਸੀਂ ਇਹ ਜ਼ਹਿਰ ਚਟਾਤਾ ਨਾ ਅਨਫੈਟਡ ਇਨਹੈਰੀਟੈਂਸ ਦਾ 1985 ਵਿੱਚ ਚਟਾਇਆ ਸਾਨੂੰ ਇਹਨਾਂ ਨੇ ਸਰਕਾਰ ਨੇ ਵੀ ਪੀ ਸਿੰਘ ਤੇ ਯਸ਼ਵੰਤ सिन्हा ਦੋਵਾਂ ਮਿਲ ਕੇ ਨਾਓ ਇੱਕ ਵਾਰੀ ਜ਼ਹਿਰ ਚਟਾਤਾ ਇਹ ਮਿੱਠਾ ਜ਼ਹਿਰ ਹੈ ਇਹ ਉਹ ਯੰਗ ਜਿਹੜੇ ਬੰਦੇ ਨੇ ਉਹਨਾਂ ਦੀ ਸਾਰੀ ਫਿਊਚਰ ਖਤਮ ਕਰ ਦਿੰਦੀ ਹੈ ਕਿਉਂਕਿ ਉਹਨਾਂ ਵਾਸਤੇ ਰਹਿਦਾ ਹੀ ਕੁਝ ਨਹੀਂ ਕਰਨ ਨੂੰ ਤੇ ਅੱਜ ਦੀ ਹਾਲਾਤ ਤੁਸੀਂ ਜੇ ਦੇਖੋਗੇ ਉਹੀ ਹੈ ਸਾਡਾ ਜਿਹੜਾ ਯੰਗ ਪੋਪੂਲੇਸ਼ਨ ਹੈ ਸਭ ਤੋਂ ਜ਼ਿਆਦਾ ਹੈ ਉਹਨਾਂ ਨੂੰ ਕਰਨ ਨੂੰ ਕੁਝ ਨਹੀਂ ਹੈ ਮੈਂ ਇਹਨੂੰ ਸਰਲ ਭਾਸ਼ਾ ਸਮਝਾ ਦਿਆਂ ਜਿਵੇਂ ਪੰਜਾਬ ਜਾਂ ਸਾਰੇ ਹਿੰਦੁਸਤਾਨ ਚ ਭ੍ਰਸ਼ਟਾਚਾਰੀ ਲੋਗ ਨੇ ਉਹ ਭ੍ਰਸ਼ਟਾਚਾਰ ਕਰਦੇ ਆ ਵੈਲਥ ਜਾਇਦਾਦ ਇਕੱਠੀ ਕਰਦੇ ਆ ਕਿਉਂ ਕਰਦੇ ਆ ਕਿ ਸਾਡੀਆਂ ਪੁਸ਼ਤਾ ਜਿਹੜੀਆਂ ਸੁਖੀ ਵਸਣ ਹੁਣ ਜਿਹੜੇ ਪੁਸ਼ਤਾ ਹੈ ਹੋਣ ਭਾਵੇਂ ਨਾ ਲੈ ਪੜਨ ਉਹ ਹੈ ਨਾ ਕੋਈ ਸਕਿੰਦ ਪੈਦਾ ਨਾ ਕਰਨ ਪਰ ਉਹਨਾਂ ਨੂੰ ਹੁੰਦਾ ਸਾਰੇ ਬਾਪ ਦਾ ਸਮਾਨ ਪਿਆਸ ਉਹ ਬਾਪ ਦੇ ਮਾਂਚੇ ਹੁੰਦਾ ਜੀ ਮੈਂ ਠੱਗੀ ਠੋਰੀ ਮਾਰ ਕੇ ਪੂੰਜੀ ਇਕੱਠੀ ਕਰ ਲਵਾਂ ਕਿਉਂਕਿ ਇਨਹੈਰੀਟੈਂਸ ਬੱਚਿਆਂ ਨੂੰ ਆ ਜਾਣੀ ਹੈ ਬੱਚੇ ਨੂੰ ਕੰਮ ਕਰਨ ਦੀ ਲੋੜ ਨਹੀਂ ਉਹ ਵਿਆਜ ਨਾਲ ਜਾਂ ਉਸੇ ਨੂੰ ਰੀਸਾਈਕਲ ਕਰਕੇ ਖਾਈ ਜਾਂਦੇ ਆ ਸੋ ਇਸ ਚੀਜ਼ ਨੂੰ ਰੋਕਣ ਵਾਸਤੇ ਭ੍ਰਸ਼ਟਾਚਾਰ ਨੂੰ ਵੀ ਰੋਕਣ ਵਾਸਤੇ ਇਨਹੈਰੀਟੈਂਸ ਟੈਕਸ ਜਿਹੜਾ ਹੈਗਾ ਟੈਕਸ ਔਰ ਉਹ ਜਿਹੜੀ ਜਿਹੜੀ ਇਸ ਪਾਲਿਸੀ ਹੈ ਉਹ ਤੇ ਇੱਕ ਅੰਕੁਸ਼ ਲਾਉਣਾ ਬਹੁਤ ਜ਼ਰੂਰੀ ਹੈ ਐਮਆਰਐਚ ਬਿਲਕੁਲ ਕਰੈਕਟ ਸਰ ਤੁਸੀਂ ਬਿਲਕੁਲ ਠੀਕ ਸਮਝਿਓ ਤੁਸੀਂ ਭ੍ਰਸ਼ਟਾਚਾਰ ਵਾਸਤੇ ਜਿੰਨੇ ਮਰਜੀ ਨਾਰੇ ਲਾ ਲਓ ਤੁਸੀਂ ਜਿੰਨੇ ਮਰਜੀ ਜਲੂਸ ਕੱਢ ਲਓ ਜੇ ਤੁਹਾਡਾ ਇਨੈਰਟੈਂਸ ਪਾਲਿਸੀ ਠੀਕ ਨਾ ਹੋਈ ਤੁਸੀਂ ਕਦੀ ਵੀ ਭ੍ਰਸ਼ਟਾਚਾਰ ਹਟਾ ਨਹੀਂ ਸਕਦੇ ਹੋ ਫੁੱਲ ਸਟਾਪ ਜੇ ਪਤਾ ਹੋਵੇ ਵੀ ਮੈਂ 1000 ਰੁਪਏ ਜਮ੍ਹਾਂ ਕਰ ਸਕਦਾ ਤੇ 1000 ਬੱਚਿਆਂ ਨੂੰ ਦੇ ਸਕਦਾ ਹਜ਼ਾਰ ਤੋਂ ਵੱਧ ਜਮ੍ਹਾਂ ਕੀਤੇ ਤੇ ਸਰਕਾਰ ਲੈ ਜੂਗੀ ਤੇ ਫਿਰ ਭ੍ਰਸ਼ਟਾਚਾਰ ਕਰੂਗਾ ਕਿਉਂ ਕੋਣ ਕਰੇਗਾ ਸੋ ਹੁਣ ਮੈਂ ਤੁਹਾਨੂੰ ਦੱਸਦਾ ਕਿ ਪੋਲਿਟਿਕਸ ਕੀ ਹੋ ਜਾਂਦੀ ਹੈ ਮੈਂ ਤਾਂ ਮੈਪ ਵਿੱਚ ਕੋਈ ਜਗ੍ਹਾ ਦੇਖਣਾ ਨਾ ਮੈਂ ਕਹ ਇਹਦੀ ਦੇਖ ਲੈ ਕੀ ਹੈ ਇਨਹੇਰਟੈਂਸ ਪਾਲਿਸੀ ਉੱਥੋਂ ਉਹਦਾ ਸਾਰਾ ਕਲਚਰ ਪਤਾ ਚੱਲ ਜਾਂਦਾ ਇੰਨੀ ਇੰਨੀ ਰੂਟ ਚੀਜ਼ ਹੈ ਨਹੀਂ ਗੂੜੀ ਚੀਜ਼ ਹੈ ਜੇ ਤੁਹਾਡੇ ਕੋਲ ਇਹ ਬੇਲਗਾਮ ਇਨਹੇਰਟੈਂਸ ਚੱਲ ਰਹੀ ਹੈ ਨਾ ਤੁਸੀਂ ਕਦੀ ਵੀ ਆਪਣੀ ਪੋਲਿਟਿਕਸ ਮਤਲਬ ਵਾਲੀ ਨਹੀਂ ਰੱਖ ਸਕਦੇ ਤੁਸੀਂ ਸਿਰਫ ਡਿਸਟਰੈਕਸ਼ਨ ਮਤਲਬ ਕਿਸੇ ਨੂੰ ਆਪਣੇ ਰਾਹ ਤੋਂ ਅਗਾਹ ਕਰਨ ਵਾਲੀ ਪੋਲਿਟਿਕਸ ਰੱਖੋਗੇ ਤੂੰ ਹਿੰਦੂ ਆ ਮੈਂ ਮੁਸਲਮਾਨ ਆ ਮੈਂ ਹਿੰਦੂ ਆ ਤੂੰ ਮੁਸਲਮਾਨ ਆ ਅਸੀਂ ਸਿੱਖਾਂ ਆ ਜੀ ਨਾ ਉਧਰ ਆ ਨਾ ਇੱਧਰ ਆ ਸਿੱਖੇ ਰਿਲੀਜੀਅਨ ਹੈ ਨਹੀਂ ਹੈ ਇਹ ਸਾਰੀਆਂ ਗੱਲਾਂ ਸਭ ਤੋਂ ਜ਼ਿਆਦਾ ਇੰਪੋਰਟੈਂਸ ਲੈ ਲੈਂਗੇ ਤੁਸੀਂ ਗਾਓ ਨਹੀਂ ਖਾਣੀ ਤੁਸੀਂ ਸੂਰ ਨਹੀਂ ਖਾਣਾ ਤੁਸੀਂ ਇਹ ਨਹੀਂ ਕਰਨਾ ਉਹ ਨਹੀਂ ਕਰ ਆਲ ਜੇ ਮਤਲਬ ਕਿ ਕਹਿ ਰਹੇ ਜਿਸ ਤੇ ਇਨਹੈਰੀਟੈਂਸ ਦੇ ਉੱਤੇ ਅੰਕੁਸ਼ ਨਹੀਂ ਕਾਬਵਟ ਨਹੀਂ ਉੱਥੇ ਆ ਜਿਹੜੇ ਮਸਲੇ ਹੈਗੇ ਸਿਆਸਤ ਦੇ ਵਿੱਚ ਧਰਮ ਦੇ ਉਤਪੀਨ ਦੇ ਉਹ ਜ਼ਿਆਦਾ ਉਭਰੇ ਜਾਂਦੇ ਆ ਤਾਂ ਕਿ ਜਨਤਾ ਦਾ ਜਿਹੜਾ ਧਿਆਨ ਹੈ ਉਹ ਸੰਪਤੀ ਵੱਲ ਨਾ ਜਾਏ ਥੋੜੇ ਲੋਕਾਂ ਦੇ ਹੱਥ ਆ ਸਿਰ ਇੱਧਰ ਉਲਝੇ ਰਹਿਣ ਉਹ ਇਹ ਆਪ ਦੱਸ ਦਈਏ ਨਾ ਆਦੇਸ਼ ਜੀ ਕਿ ਜਿਹੜੇ ਮੂਲਕ ਤੁਸੀਂ ਉਹਨੇ ਮੈਨੂੰ ਦੱਸੇ ਕਿ ਇਨਹੈਰੀਟੈਂਸ ਤੇ ਰੋ ਕਿਹੜੇ ਮੁਲਕਾਂ 'ਚ ਲੱਗੀ ਆ ਇਹ ਟੋਟਲ ਹੈ ਜੀ 6 ਮੁਲਕ ਯੂਕੇ ਦੈਟ ਇਜ਼ ਇੰਗਲੈਂਡ ਫਰਾਂਸ ਜਾਪਾਨ ਜਰਮਨੀ ਨਾਰਵੇ ਤੇ ਸਪੇਨ ਔਰ ਇਹ ਮੁਲਕ ساری ਦੁਨੀਆ ਚ ਸਭ ਤੋਂ ਜ਼ਿਆਦਾ ਖੁਸ਼ਹਾਲ ਮੁਲਕ ਗਿਨੇ ਜਾਂਦੇ ਆ ਦਰਸ਼ਕੋ ਇਹ ਆਦੇਸ਼ ਜੀ ਨੇ ਸਾਨੂੰ ਹੁਣੇ ਜਾਣਕਾਰੀ ਦਿੱਤੀ ਆ ਜੀ ਪਲੀਜ਼ ਮੈਂ ਤੁਹਾਨੂੰ ਇਹ ਦੱਸਦਾ ਅਮਰੀਕਾ ਚ ਉਹੀ ਗੱਲ ਨੂੰ ਉਲਟਾ ਕਰਕੇ ਦੇਖੋ ਅਮਰੀਕਾ ਚ ਫੈਟਰਡ ਇਨ ਅ ਰੈਸ਼ਨਲਾਈਜ਼ਡ ਇਰਿਟੈਂਸ ਪੜੀ ਤੇ ਉਹ ਚੱਲ ਰਹੀ ਸੀਗੀ ਉੱਥੇ ਸਭ ਤੋਂ ਜ਼ਿਆਦਾ ਬਿਲੀਅਨਰ ਸੀਗੇ ਸਭ ਤੋਂ ਜ਼ਿਆਦਾ ਮਿਲੀਅਨਰ ਸੀਗੇ ਸਭ ਤੋਂ ਖੁਸ਼ਹਾਲ ਮੁਲਕ ਇਥੇ ਕਿਉਂ ਮਤਲਬ ਕਿ ਜਾਣਾਂ ਕਿ ਕਿੱਥੇ ਅਮਰੀਕਾ ਜਾਣਾਂ ਬਿਕੋਜ਼ ਇਟ ਇਜ਼ ਅ ਵੈਰੀ ਪ੍ਰੋਸ ਮਤਲਬ ਇੱਕ ਖੁਸ਼ਹਾਲ ਮੁਲਕ ਸੀਗਾ ਇਹੋ ਜੀ ਵਾਪਰ ਘਟਨਾ ਵਾਪਰੀ 1999 ਵਿੱਚ ਓਕੇ ਅਮਰੀਕਾ ਨੇ ਕੀ ਕੀਤਾ ਕਿ ਆਪਣੀ ਰੈਸ਼ਨਲਾਈਜ਼ਡ ਇਨਹੈਰੀਟੈਂਸ ਸਕ੍ਰੈਪ ਕਰਤੀ ਮਾ ਕੇ ਖਤਮ ਕਰਦੀ ਬੋਲ ਖਤਮ ਕਰਤੀ 10 ਸਾਲਾਂ ਵਾਸਤੇ ਹਮ ਹਮ ਉਹ ਕਹਿੰਦੇ ਅਨਫੈਟਡ ਇਨਹੈਰੀਟੈਂਸ ਚੱਕੋ ਭਾਈ ਇਹੋ ਜੀ ਚੋਰ ਉਹ ਚੱਕੀ ਸਕੀਮਾਂ ਚੱਲ ਪਈਆਂ ਉੱਥੇ 4 ਸਾਲਾਂ ਚ ਅਮਰੀਕਾ ਵੀ ਡਾਊਨ ਸਾਰਾ ਯੂਰਪ ਉਹਨੇ ਖਿਚਲਿਆ ਨਾਲ ਠੀਕ ਹੈ ਹਿੰਦੁਸਤਾਨ ਬਚ ਗਿਆ ਸੀ ਉਸ ਟਾਈਮ ਤੋਂ ਉਹ ਜਿਹੜਾ ਕ੍ਰੈਸ਼ ਹੋਇਆ ਇਟ ਵਾਸ ਸਿੰਪਲੀ ਬਿਕੋਜ਼ ਕ腐ਪਸ਼ਨ ਟੁਕਓਵਰ ਕੰਪਲੀਟਲੀ ਅਮਰੀਕਾ ਚ ਬਹੁਤ ਸਟਰੋਂਗ ਚੈਕਸ ਐਂਡ ਬੈਲੈਂਸਸ ਇਜ਼ ਦ ਸਿਸਟਮ ਨੇ ਠੀਕ ਹੈ ਤੁਹਾਨੂੰ ਵੀ ਪਤਾ ਉਹ ਸਾਰੇ ਸਿਸਟਮ ਉਹਨਾਂ ਨੂੰ ਖਿੜਕੀ ਤੋਂ ਬਿੱਟੇ ਬਾਹਰ ਤੇ ਲੋਕਾਂ ਨੇ ਪੈਸੇ ਜਮ੍ਹਾਂ ਕਰਾਣੇ ਸ਼ੁਰੂ ਕੀਤੇ ਹੁਣ ਹਾਲਤ ਇਹ ਹੋ ਗਈ ਕਿ 2010 ਤੋਂ ਬਾਅਦ ਵੀ ਉਹ ਪੂਰੇ ਲੈਵਲ ਤੇ ਨਹੀਂ ਆਇਆ ਹਜੇ ਵੀ ਉਹ ਕਹਿੰਦੇ ਕਟਆਫ ਨਹੀਂ ਅਸੀਂ ਐਗਰੀ ਕਰਨਾ ਕਿਹੜੇ ਲੈਵਲ ਤੇ ਕਟਆਫ ਲਾਓ ਨਹੀਂ ਦੱਸਣਾ ਉਹ ਕੀ ਕਹਿ ਰਿਹਾ ਮੈਂ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਅਮਰੀਕਾ ਦੇ ਵਿੱਚ ਹੁਣ ਗਰੀਬੀ ਫੈਲ ਰਹੀ ਹੈ ਕੁਝ ਲੋਕ ਜ਼ਿਆਦਾ ਗਰੀਬ ਹੋ ਗਏ ਕੁਝ ਲੋਕ ਜ਼ਿਆਦਾ ਅਮੀਰ ਹੋ ਗਏ ਉਹ ਤੁਸੀਂ ਪੜੋਗੇ ਨਾ ਇਹ ਕਹਿੰਦਾ ਮਤਲਬ ਹੈ ਅਮਰੀਕਾ ਜਿਹੜਾ ਕਿ ਇੱਕ ਕੈਪਟਲਿਸਟ ਕੰਟਰੀ ਹੈ ਪੂੰਜੀਵਾਦ ਉੱਥੇ ਹੈਗਾ ਉਹਦੇ ਵਿੱਚ ਇੱਕ ਕਲਾਸ ਬਹੁਤ ਅਮੀਰ ਹੋ ਰਹੀ ਆ ਇੱਕ ਬਹੁਤ ਗਰੀਬ ਹੋ ਰਹੀ ਆ ਤੁਸੀਂ ਵੈਸੇ YouTube ਤੇ ਜਿਹੜੇ ਨਜ਼ਰ ਮਾਰਉ ਤੁਹਾਨੂੰ ਦਿਖਣਗੇ ਮੰਗਤੇ ਉੱਤੇ ਮੈਂ ਤੁਹਾਨੂੰ ਆਪਣਾ ਇੱਕ ਨਿੱਜੀ ਐਕਸਪੀਰੀਅੰਸ ਸੁਣਾਉਣਾ 2005 ਚ ਮੈਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ ਤਾਂ ਮੌਂਟਰੀਅਲ ਦੇ ਵਿੱਚ ਜਦੋਂ ਅਸੀਂ ਘੁੰਮ ਰਹੇ ਸੀ ਤਾਂ ਉੱਥੇ ਮੈਨੂੰ ਇੱਕ ਅੰਗਰੇਜ਼ ਮਿਲਿਆ ਪਹਿਲੀ ਵਾਰੀ ਜਿਹੜਾ ਫਟੇ ਕੱਪੜਿਆਂ ਚ ਸੀਗਾ ਠੰਡ ਬੜੀ ਸੀ ਲੱਧਿਆ ਪਿਆ ਸੀ ਬੂਰੀਆਂ ਬਾਰੀਆਂ ਨਾਲ ਤੇ ਉਹਨੇ ਮੇਰੇ ਤੋਂ ਪੈਸੇ ਮੰਗੇ ਗੰਦੇ ਗੰਦੇ ਹੱਥਾਂ ਨਾਲ ਮੈਂ ਅੰਡੀਆਂ ਤੋਂ ਗਿਆ ਸੀ ਮੈਨੂੰ ਬੜਾ ਲੱਗਿਆ ਭਈ ਇਹ ਗੋਰੇ ਸਾਡੇ ਤੋਂ ਪੈਸੇ ਮੰਗਦੇ ਐ ਅਸੀਂ ਗੋਰਿਆਂ ਦੇ ਗੁਲਾਮ ਰਹੇ ਹਾਂ ਮੈਂ ਵੀ ਕੱਢ ਕੇ ਕੁਝ ਡਾਲਰ ਉਹਦੇ ਹੱਥ 'ਚ ਰੱਖ ਕੇ ਆਇਆ ਫੈਲਟ ਪ੍ਰਾਊਡ ਮਤਲਬ ਈਗੋ ਸੈਟੀਸਫਾਈ ਹੋਈ ਮੈਂ ਗੋਰਿਆਂ ਨੂੰ ਵੀ দান ਦਿੱਤਾ ਸੋ ਇਸ ਕਿਸਮ ਦੀ ਸਾਡੀ ਮਾਨਸਿਕਤਾ ਹੋ ਜਾਂਦੀ ਐ ਸੋ ਕਹਿੰਦਾ ਮਤਲਬ ਇਹ ਐ ਕਿ ਕੈਨੇਡਾ ਦੇ ਵਿੱਚ ਗਰੀਬ ਬਹੁਤ ਨੇ ਕਿਉਂਕਿ ਉੱਥੇ ਵੀ ਅਨਫੈਟਡ ਇਨਹੈਰੀਟੈਂਸ ਐ ਉੱਥੇ ਵੀ ਇਨਹੈਰੀਟੈਂਸ ਤੇ ਪੁਸ਼ਤਾਨੀ ਜਾਇਦਾਦ ਤੇ ਕੋਈ ਰੁਕਾਵਟ ਨਹੀਂ ਹੈਗੀ ਜੀ ਉੱਥੇ ਕੈਨੇਡਾ 'ਚ ਤੁਸੀਂ ਗੱਲ ਛੜੀ ਮੈਂ ਤੁਹਾਨੂੰ ਦੱਸਦਾ ਉਹਨਾਂ ਦੀ ਜਿਹੜੀ ਪੋਲਿਟਿਕਸ ਹੈ ਤੇ ਜਿਹੜੀ ਸੋਸਾਇਟੀ ਹੈ ਉਹਨਾਂ ਨੂੰ ਡਿਸਟਰੈਕਟ ਕਿਸ ਤਰੀਕੇ ਕਿਸ ਹੱਦ ਤੱਕ ਕੀਤਾ ਜਾਂਦਾ ਧਿਆਨ ਦੂਜੇ ਪਾਸੇ ਕਿਵੇਂ ਖਿੱਚਿਆ ਜਾਂਦਾ ਕਿਵੇਂ ਖਿੱਚਿਆ ਜਾਂਦਾ ਉੱਥੇ ਉਹਨਾਂ ਨੇ ਫਲੂਇਡ ਸੈਕਸ ਦੀ ਪੋਲਿਸੀ ਲਗਾਤੀ ਫਲੂਇਡ ਸੈਕਸ ਹਾਂ ਉਹ ਕੀਮਤ ਬੰਦੇ ਦਾ ਬਈ ਇਹਦਾ ਫਲੂਇਡ ਸੈਕਸ ਦਾ ਸ਼ੁਰੂਆਤ ਕਰ ਦੂ ਹੈ ਬਈ ਤੁਸੀਂ ਬੱਚਾ ਬੱਚੀ ਆਪਣੀ ਤਿਆਰ ਤੋਰ ਕਰਕੇ ਸਕੂਲ ਭੇਜਿਆ ਟੀਚਰ ਨੇ ਉੱਥੇ ਦੇਖਿਆ ਇਹ ਬੱਚੀ ਦੇ ਥੋੜੇ ਜੇ ਲੱਛਣ ਬੱਚਿਆਂ ਵਾਲੇ ਨੇ ਮੁੰਡਿਆਂ ਵਾਲੇ ਮੁੰਡਿਆਂ ਵਾਲੇ ਉਹ ਉਹਨੂੰ ਕਨਵਰਟ ਕਰਨਾ ਸ਼ੁਰੂ ਕਰ ਦੇਗੀ ਤੁਹਾਡਾ ਕੋਈ ਕੰਟਰੋਲ ਨਹੀਂ ਹੋਏਗਾ ਉਹਦੇ ਉੱਤੇ ਯੂ ਮਾਰਕ ਮਾਈ ਵਰਡਸ ਤੁਸੀਂ ਇਹ ਨਹੀਂ ਕਹੋਗੇ ਮੇਰੇ ਮੈਂ ਪੈਰੈਂਟਾਂ ਮੈਨੂੰ ਪੁੱਛੋ ਉਹ ਉੱਥੇ ਦੀ ਟੀਚਰ ਫਿਕਸ ਕਰੇਗੀ ਅੱਛਾ ਸੋ ਥੈਟ ਦੀ ਗਰਲ অর ਦਾ ਬாய் ਹੈਜ਼ ਦਾ ਚੋਇਸ ਟੂ ਬੀ ਅ ਗਰਲ অর ਬாய் ਮਾਈ ਗੋਡ ਅੱਛਾ ਤੋ ਦੇਖੋ ਕਿੰਨਾ ਟੈਨਸ਼ਨ ਹੈ ਬੱਚਾ ਸਕੂਲ ਭੇਜ ਰਹੇ ਹੋ ਤੁਸੀਂ ਤੇ ਐਟ ਦ ਸੇਮ ਟਾਈਮ ਯੂ ਆਰ ਥਿੰਕਿੰਗ ਓ ਮਾਈ ਗੋਡ ਓ ਮਾਈ ਗੋਡ ਇਹ ਪਤਾ ਕਿ ਇਹਦੇ ਲੱਛਣ ਹੈਗੇ ਮੁੰਡਿਆਂ ਵਾਲੇ ਇਹ ਹਾਊ ਡਜ਼ ਦ ਟੀਚਰ ਨੋ ਬਿਕਾਜ਼ ਥੈਟ ਇਜ਼ ਦ ਲਾ ਥੈਟ ਇਜ਼ ਹਾਊ ਦੇ ਫਿਕਸਡ ਇਟ ਥੈਟ ਇਜ਼ ਹਾਊ ਦੇ ਵਾਂਟ ਟੂ ਡਿਸਟਰੈਕਟ ਦ ਕੈਨੇਡੀਅਨਸ ਫਰਮ ਦ ਫੈਕਟ ਥੈਟ ਜਿਹੜੇ ਕੈਨੇਡੀਅਨ ਨੇ ਉਹਨਾਂ ਦੀ ਜਿਹੜੀ ਜੇਬ ਪਿੱਛੋਂ ਕੱਟੀ ਜਾ ਰਹੀ ਹੈ ਉਹਨਾਂ ਦੀ ਜਿਹੜੀ ਅਬਿਲਿਟੀ ਟੂ ਪਰਫਾਰਮ ਹੈ ਉਹ ਘਟਾਈ ਜਾ ਰਹੀ ਹੈ ਉਹ ਆਪਣਾ ਉੱਥੇ ਮਿਹਨਤ ਕਰਕੇ ਵੀ ਘਰ ਥੋੜੇ-ਥੋੜੇ ਖਰੀਦ ਸਕਦਾ ਹੈ ਕੁਝ-ਕੁਝ ਬੜੇ ਮਹਿੰਗੇ ਘਰ ਆ ਜੀ ਉੱਥਾ ਉਹ ਹੁੰਦਾ ਰਹੇਗਾ ਇਟ ਵਿਲ ਕੀਪ ਹੈਪਨਿੰਗ ਜਿਸ ਕੰਟਰੀ ਸਲਾ ਅਨਫੈਟਰਡ ਇਨਹਰਟੈਂਸ ਹੈਗੀ ਹੈ ਉੱਥੇ ਇਹੋ ਜੇ ਕਾਂਡ ਇਹੋ ਜੇ ਸਿੰਪਟਮ ਤੁਹਾਨੂੰ ਨਜ਼ਰ ਆਣਗੇ ਤੇ ਇਹ ਉਹ ਗੱਲ ਹੈਗੀ ਕਿ ਜੇ ਬੰਦਾ ਕਹਿੰਦਾ ਜੀ ਡਾਕਟਰ ਕੋਲ ਜਾਂਦਾ ਦੇਖ ਜੀ ਮੇਰੇ ਪੈਰ ਸੁੱਜੇ ਹੋਏ ਆ ਉਹ ਡਾਕਟਰ ਉਹਦੀ ਏਜ ਦੇਖਦਾ ਤੇ ਸਿਆਣਾ ਡਾਕਟਰ ਹੋਏਗਾ ਉਹ ਕਹੇਗਾ ਜਾ ਬਈ ਤੂੰ ਆਪਣਾ ਹਾਰਟ ਦਾ ਚੈੱਕਅਪ ਕਰਾ ਕੇ ਜੇ ਕੋ ਨਲੈਕ ਡਾਕਟਰ ਹੋਏਗਾ ਉਹ ਕਹੇਗਾ ਮਲਮ ਲਗਾ ਲੈ ਰਿਲੈਕਸਲ ਸੋ ਅਸੀਂ ਮਲਮ ਲਗਾਈ ਜਾਂਦੇ ਆ ਇੱਥੇ ਫੋੜਾ ਨਿਕਲਿਆ ਚੱਲ ਤੂੰ ਇੱਥੇ ਮਲਮ ਲਗਾ ਇੱਥੇ ਨਿਕਲ ਆਇਆ ਚੱਲ ਇੱਥੇ ਮਲਮ ਲਗਾ ਜਿਹੜੀ ਬੇਸਿਕ ਚੀਜ਼ ਐ ਉਹ ਅਸੀਂ ਫੜੀ ਨਹੀਂ ਸਕਦੇ ਆਪਣੇ ਕਿਸਾਨ ਭਰਾ ਮੈਂ ਤੁਹਾਨੂੰ ਦੱਸਦਾ ਉਹ ਗਏ ਦੇ ਵੈਂਟ ਔਨ ਮਤਲਬ ਦਿਸ ਐਜੀਟੇਸ਼ਨ ਕਿ ਭਈ ਇਹ ਤਿੰਨ ਲਾਜ਼ ਜਿਹੜੇ ਨੇ ਇਹ ਵਾਪਸ ਕਰੋ ਤਿੰਨ ਕਾਨੂੰਨ ਜਿਹੜੇ ਰੱਦ ਕਰਾਏ મોદી ਤੋਂ ਕਿਸਾਨਾਂ ਨੇ ਉਹਦਾ ਜ਼ਿਕਰ ਕਰ ਰਿਹਾ ਹਾਂਜੀ ਉਹਦੇ ਚ ਅਸੀਂ ਬਹੁਤ ਵੱਡੀ ਲੜਾਈ ਜਿੱਤੀ ਅਸੀਂ ਇਹ ਸੋਚ ਹੀ ਨਹੀਂ ਪਾਏ ਕਿ ਇਹ ਕਾਨੂੰਨ ਬਣੇ ਕਿਉਂ ਹੂੰ ਬਣੇ ਕਿਉਂ ਰੀਜ਼ਨ ਕੀ ਸੀ ਜੀ ਉਹ ਸਿਚੁਏਸ਼ਨ ਕਿਵੇਂ ਬਣੀ ਕਿ ਇਹ ਕਾਨੂੰਨ ਕਿਸੇ ਨੂੰ ਫਾਇਦਾ ਕਰਨ ਚਾਰ ਜਾਂ ਪੰਜ ਬੰਦੇ ਇੰਡੀਆ ਚ ਚਾਰ ਜਾਂ ਪੰਜ ਫੈਮਿਲੀਜ਼ ਜਾਂ ਬਿਜ਼ਨਸ ਹਾਊਸਸ ਉਹਨਾਂ ਕੋਲ ਹੀ ਸਾਰੀ ਵੈਲਥ ਰਹੇਗੀ ਸਾਰੀ ਜ਼ਮੀਨ ਖਰੀਦ ਲੰਦੀ ਸੋ ਇਹਦਾ ਮਤਲਬ ਕਿਸਾਨ ਐਜੀਟੇਸ਼ਨ ਬਿਲਕੁਲ ਸਹੀ ਸੀ ਸਹੀ ਸੀ ਠੀਕ ਸੀ ਪਰ ਉਹਦੀ ਐਨਾਲਿਸਿਸ ਡੀਪ ਐਨਾਲਿਸਿਸ ਉਹ ਨਹੀਂ ਕਰ पाए ਮੈਂ ਕੋਸ਼ਿਸ਼ ਕੀਤੀ ਜਾ ਕੇ ਗੱਲ ਕਰਨ ਦੀ ਪਰ ਉਹ ਅਪਰੋਚ ਉਹ ਰੀਚ ਹੀ ਨਹੀਂ ਬਣਦੀ ਨਾਲੇ ਇਹਦੀ ਗੱਲ ਤੇ ਇਹਨਾਂ ਕਿ ਯਾਰ ਇਹ ਤਾਂ ਬੰਦਾ ਤਜੋਰੀ ਲੁੱਟਣ ਆਇਆ ਮੇਰੀ ਜਦ ਆਪ ਗਵਰਨਮੈਂਟ ਬਣੀ ਦਿੱਲੀ ਚ ਮੈਂ ਉੱਥੇ ਜਾ ਕੇ ਲੋਕਾਂ ਨੂੰ ਮਿਲਿਆ ਉਹਨਾਂ ਦੇ ਗਰੁੱਪ ਸੀਗੇ ਡਿਸਕਸ਼ਨ ਕੀਤੀ ਤੇ ਉਹ ਬੰਦਾ ਕਹੇ ਯਾਰ ਇਹ ਤੇ ਫਿਰ ਉਹ ਸਮਝ ਆਏ ਕਿ ਇਹ ਇਹ ਕਮ ਆਣ ਵਾਲਾ ਇਹ ਗਮ ਹੋਣ ਵਾਲਾ ਕੀ ਉਹ ਤੁਸੀਂ ਕੀ ਜਾ ਕੇ ਕਿਹਾ ਉਹਨਾਂ ਨੂੰ ਮੈਂ ਇਹੀ ਚਾਰ ਪੇਜ ਦਾ ਜਿਹੜਾ ਚਿੱਠਾ ਲਿਖਿਆ ਸੀਗਾ ਉਹ ਜਿਹੜਾ ਮੈਂ ਦਿਖਾਓ ਕੀ ਇਹ ਦਿਖਾਓ ਅਨਫੈਟਡ ਇਨਹੇਰਟੈਂਸ ਦ ਰੂਟ ਆਫ ਅਚਾ ਇਹਨਾਂ ਨੇ ਜਿਹੜਾ ਪੇਪਰ ਤਿਆਰ ਕੀਤਾ ਹੈ ਇਹਦਾ ਸਰਨਾਮਾ ਹੈਗਾ ਹੈਡਲਾਈਨ ਹੈ ਅਨਫੈਟਡ ਇਨਹੇਰਟੈਂਸ ਦੀ ਰੂਟ ਆਫ ਦੀ ਰੌਟ ਰੂਟ ਹੁੰਦਾ ਜੜ ਰੌਟ ਦਾ ਮਤਲਬ ਹੈ ਤਬਾਹੀ ਦਾ ਰੌਟ ਤਬਾਹ ਹੋਣ ਤਬਾਹੀ ਦੀ ਜਿਹੜੀ ਜੜ ਹੈ ਉਹ ਹੈਗਾ ਜੀ ਜੇ ਜਿਹੜੀ ਪੁਸ਼ਤਾਨੀ ਜੈਦਾਦ ਹੈ ਉਹਤੇ ਕੋਈ ਰੋਕ ਨਾ ਲਾਈ ਜਾਂ ਗਈ ਤਾਂ ਫੇਰ ਤਬਾਹੀ ਹੋਏਗੀ ਸੋ ਇਹ ਕੈਪਟਲイズਮ ਨੂੰ ਵੀ ਤਬਾਹ ਕਰੇਗੀ ਭਾਰਤ ਦੇ ਵਿੱਚ ਲੋਕ ਰਾਜ ਹੈ ਲੋਕ ਰਾਜ ਦੇ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਸਾਨੂੰ ਦੱਸੀਆਂ ਜਾਂਦੀਆਂ ਉਹਦੇ ਥੱਲੇ ਤੈਅ ਕੁਝ ਹੋਰ ਜਿਹਦੀ ਪ੍ਰਾਪਰਟੀ ਹੈ ਜੋ ਸਦਾ ਸਾਹਿਬ ਦੱਸ ਰਹੇ ਆ ਜਿਹੜੀ ਇਨਹੈਰੀਟੈਂਸ ਪਾਲਿਸੀ ਹੈਗੀ ਆ ਵੀ ਜਦਾਦ ਬਾਪ ਇਕੱਠਾ ਕਰੀ ਜਾਏ ਕਰੀ ਜਾਏ ਉਹ ਉਹਦੇ ਬੱਚਿਆਂ ਨੂੰ ਫਿਰ ਉਹ ਅੱਗੇ ਹੋਰ ਬੱਚਿਆਂ ਨੂੰ ਤੇ ਇਦਾਂ ਦੇ ਜਿਹੜੇ ਜਿਹੜੀ ਪਾਲਿਸੀ ਹੈ ਇਹ ਸਮਾਜ ਲਈ ਇਕੁਐਲਿਟੀ ਦੇ ਲਈ ਬਰਾਬਰਤਾ ਦੇ ਲਈ ਬਹੁਤ ਹਾਨੀਕਾਰਕ ਹੈ ਇਹਦੇ ਨਾਲ ਗਰੀਬ ਗਰੀਬ ਹੀ ਹੁੰਦਾ ਜਾਏਗਾ ਗਰੀਬ ਗਰੀਬ ਹੀ ਹੁੰਦਾ ਜਾਏਗਾ ਜਿਹੜਾ ਅੱਜ ਦੋ ਰੋਟੀਆਂ ਖਾਂਦਾ ਹੈ ਉਹ ਅੱਗੇ ਨੂੰ ਇੱਕ ਖਾਣ ਲੱਗ ਜਾਏਗਾ ਇੱਕ ਤੋਂ ਫਿਰ ਉਹ ਅਗਲੀ ਜਨਰੇਸ਼ਨ ਅੱਧੀ ਮਿਲੇਗੀ ਉਹਨੂੰ ਦੂਜੇ ਪਾਸੇ ਗੱਫੇ ਤੇ ਜੇ ਫਿਰ ਗੱਫਿਆਂ ਵਾਲੀ ਜਮਾਤ ਹੈ ਉਹ ਗੱਫਿਆਂ ਵਾਲੀ ਜਮਾਤ ਉਹ ਵੱਡੀ ਹੋ ਜੇਗੀ ਤੇ ਅਸੀਂ ਸਾਰੇ ਕੀ ਹੋ ਜਾਗੇ ਜੀ ਗੁਲਾਮ ਹੋ ਜਾਾਂਗੇ ਤੇ ਫਿਰ ਉਹ ਦਿਨ ਪਤਾ ਨਹੀਂ ਦੂਰ ਨਹੀਂ ਸਾਡੇ ਵੀ ਕਿਤੇ ਬੇੜੀਆਂ ਪੈਣ ਲੱਗ ਜਾਣ ਬੇੜੀਆਂ ਫਿਜ਼ੀਕਲ ਨਹੀਂ ਜ਼ਰੂਰੀ ਕਿ ਲੋਹ ਦੀ ਬੇੜੀਆਂ ਬੇੜੀਆਂ ਕਈ ਤਰੀਕਾਂ ਦੀ ਹੁੰਦੀਆਂ ਬੇੜੀਆਂ ਕਈ ਤਰ੍ਹਾਂ ਹਾਂ ਕਈ ਤਰੀਕਾਂ ਦੀ ਹੁੰਦੀਆਂ ਹੁਣ ਜੇ ਵੀ ਤੁਸੀਂ ਕਹਾਂ ਕਿ ਜੋ ਉਹ ਜਿਹੜਾ ਉਹ ਕਾਲਾ ਹੈ ਨਾ ਜਿਹੜਾ ਜਿੱਥੇ ਸਾਰੀ ਵੈਲਥ ਇਕੱਠੀ ਹੋ ਗਈ ਜਿੱਥੇ ਸਾਰੀ ਪਾਵਰ ਇਕੱਠੀ ਹੋ ਗਈ ਉਹ ਘਟਦਾ ਜਾਂਦਾ ਉਹ ਇਹ ਨਹੀਂ ਕਿ ਜਿਹੜਾ ਬਹੁਤ ਅਮੀਰ ਹੈ ਉਹਨੇ ਸਭ ਤੋਂ ਪਹਿਲੇ ਸਭ ਤੋਂ ਵੱਡਾ ਅਮੀਰ ਖਿੱਚਣਾ ਹੈ ਅੱਛਾ ਕੰਪੀਟੀਸ਼ਨ ਇਹ 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 ਬਲੈਕ ਹੋਲ ਸਾਰੇ ਸਮਝਦੇ ਨੇ ਕੀ ਹੁੰਦਾ ਬਲੈਕ ਹੋਲ ਉਹ ਸਾਰਾ ਸਾਰਾ ਮਾਸ ਆਪਣੇ ਵੱਲ ਖਿੱਚ ਲੈਂਦਾ ਤਾਂ ਇਕਨੋਮਿਕ ਬਲੈਕ ਹੋਲ ਕੀ ਕਰਦਾ ਸਾਰਾ ਬਿਜ਼ਨਸ ਆਪਣੇ ਵੱਲ ਖਿੱਚ ਲੈਂਦਾ ਇਹਨੂੰ ਕਹਿੰਦੇ ਆਰਥਿਕ ਬਲੈਕ ਹੋਲ ਇਹ ਬੜਾ ਅੱਛਾ ਸ਼ਬਦ ਸੁਣਿਆ ਹੈ ਬਲੈਕ ਹੋਲ ਐਟਮੋਸਫੇਅਰ ਸਮਾਂ ਚ ਸੁਣਿਆ ਸੀ ਇਕ ਇਕਨੋਮਿਕ ਇਕਨੋਮਿਕ ਬਲੈਕ ਹੋਲ ਤਦ ਬਣ ਜਾਂਦਾ ਜਦ ਤੁਸੀਂ ਸਾਰੀ ਵੈਲਥ ਇੱਕ ਛੋਟੇ ਜਿਹੇ ਏਰੀਆ ਚ ਇਕੱਠੇ ਕਰ ਲਓ ਜੀ ਜੀ ਹੁਣ ਸਾਰੀ ਵੈਲਥ ਉੱਥੇ ਚਲੇਗੀ ਸਾਰੀ ਓਪਰਚੁਨਿਟੀ ਵੀ ਉੱਥੇ ਚਲੇਗੀ ਹਮ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਪਣੇ ਗਵਾਂਡੀ ਮੁਲਕ ਦੀ ਪਾਕਿਸਤਾਨ ਦੀ ਉੱਥੇ ਇੱਕ ਬੜੀ ਸੋਹਣੀ ਜਗ੍ਹਾ ਸਵਾਤ ਵੈਲੀ ਕਹਿੰਦੇ ਉਹਨਾਂ ਨੂੰ ਸਵਾਤ ਵੈਲੀ ਚ ਇੱਕ ਟਾਈਮ ਚ ਬਿਕੋਜ਼ ਉਹਨਾਂ ਦੀ ਜਿਹੜੀ ਇਨ ਇਕਵੈਲਿਟੀ ਬਹੁਤ ਜ਼ਿਆਦਾ ਹੈ ਅ ਕਰੀਬਨ 40 ਲੈਂਡਲੋਰਡ ਵਿਦ ਨੇ ਸਾਰੀ ਜ਼ਮੀਨ ਰੱਖੀ ਹੋਈ ਸੀ ਸਾਰੀ ਜ਼ਮੀਨ ਵੈਲੀ ਦੀ ਮਤਲਬ 40 ਗਾਰਡ ਪਰਿਵਾਰ ਹਾਂ 40 ਪਰਿਵਾਰ ਉਹ 40ਾਂ ਚੋਂ ਹੀ ਪੋਲਿਟਿਸ਼ੀਅਨ ਨਿਕਲਦੇ ਸੀਗੇ ਤੇ ਥੋੜੀ ਜੀ ਉੱਥੇ ਪੁਲਿਸ ਸੀਗੀ ਜਿਹੜੇ ਕਿ ਅੰਡਰਪੇਡ ਸੀ ਸਵਾਤ ਵੈਲੀ ਵਾਸ ਟੇਕਨ ਓਵਰ ਬਾਈ ਦੀ ਸੋ ਕਾਲਡ ਮਿਲਿਟੈਂਟਸ ਆਫ ਪਾਕਿਸਤਾਨ ਇੱਕ ਲਿਫਟ ਆਪਰੇਟਰ ਸੀ ਉਹ ਰੋਪਵੇ ਚੱਲਦੀ ਆ ਕਿ ਲਿਫਟ ਆਪਰੇਟਰ ਉੱਥੇ ਦਾ ਰਾਜਾ ਬਣ ਗਿਆ ਸਵਾਤ ਵੈਲੀ ਦਾ ਪਾਕਿਸਤਾਨ ਦੇ ਅਤਵਾਦੀ ਸੀ ਉਹ ਉਹ ਹੋਰ ਤੁਸੀਂ ਉਹਨੂੰ ਹੱਤਵਾਦੀ ਕਹਿ ਲਓ ਰੀਐਕਸ਼ਨਰੀ ਕਹਿ ਲਓ ਕੁਝ ਵੀ ਕਹਿ ਲਓ ਉਹ ਉੱਥੇ ਦਾ ਅਨਾਉਂਸ ਹੋ ਗਿਆ ਕਿ ਹੁਣ ਇਹ ਬੰਦਾ ਇਨਚਾਰਜ ਹੈ ਲੋ ਜੀ ਸਾਰੇ ਪਾਕਿਸਤਾਨ ਦੀ ਫੌਜ ਲੱਗ ਗਈ ਤੇ ਅਮਰੀਕਾ ਦੀ ਹੈਲਪ ਦੇ ਨਾਲ ਉੱਥੇ ਜਾ ਕੇ ਉਹ ਸਟੇਬਲ ਹੋਇਆ ਤੁਸੀਂ ਇਹ ਸਤਿਆਨਾਸੀ ਪਾਲਿਸੀ ਅੱਗੇ ਲਿਜਾਈ ਚੱਲੋ ਤੇ ਤੁਹਾਡੇ ਕੰਟਰੋਲ ਵਿੱਚੋਂ ਬਾਹਰ ਹੋ ਜਾਣਾ ਹੈ ਸਮਾਂ ਅੱਛਾ ਤੁਸੀਂ ਦੱਸ ਰਹੇ ਸੀ ਚੀਨ ਬਾਰੇ ਔਰ ਰਸ਼ੀਆ ਬਾਰੇ ਉਹਦੇ ਬਾਰੇ ਹਾਂ ਦੇਖੋ ਸਿਆਣੀ ਮਤਲਬ ਅਜੀਬ ਜੀ ਗੱਲ ਹੈ ਚਾਈਨਾ ਤੇ ਰਸ਼ੀਆ ਇਹ ਵੀ ਅਨਫਟਰਡ ਇਨਹਰਿਟੈਂਸ ਫਾਲੋ ਕਰਦੇ ਨੇ ਇਹਨਾਂ 'ਤੇ ਕੋਈ ਲਗਾਮ ਨਹੀਂ ਤੇ ਜਿਹੜੇ ਇੱਥੇ ਦੇ ਅਮੀਰ ਨੇ ਚਾਈਨਾ ਤੇ ਰਸ਼ੀਆ ਦੇ ਦੇ ਆਰ ਹਿਊਜਲੀ ਪਾਵਰਫੁਲ ਕਹਿਣ ਨੂੰ ਇਹ ਕਾਮਰੇਡ ਨੇ ਉਹ ਉਹ ਤੇ ਗੱਲ ਖਤਮ ਹੋ ਗਈ ਨਾ ਹੁਣ ਉਹ ਕਾਮਰੇਡ ਵਾਲੀ ਗੱਲ ਖਤਮ ਹੋ ਗਈ ਇਕਨੋਮਿਕ ਡਿਸਪੈਰਟੀ ਇੰਨੀ ਜ਼ਿਆਦਾ ਹੈ ਫਿਰ ਉੱਥੇ ਵੀ ਪੋਲਿਟਿਕਸ ਡਿਸਟਰੈਕਸ਼ਨ ਦੀ ਹੋਏਗੀ ਔਰ ਹੁਣ ਜੇ ਰਸ਼ੀਆ ਨੇ ਅਟੈਕ ਕਰ ਲਿਆ ਯੂਕਰੇਨ ਤੇ ਕਿਉਂ ਅਟੈਕ ਕੀਤਾ ਕਿ ਯੂਕਰੇਨ ਨੈਟੋ ਚ ਜਾ ਰਿਹਾ ਜੀ ਨੈਟੋ ਫੋਰਸੇਸ ਇੱਥੇ ਆ ਜਾਣਗੇ ਨੈਟੋ ਦੀ ਮਿਜ਼ਾਈਲਾਂ ਇੱਥੇ ਲੱਗ ਜਾਣਗੀਆਂ ਜਿਹੜੀ ਮੂਟ ਪੁਆਇੰਟ ਹੈ ਜਿਹੜਾ ਮੁੱਦਾ ਹੈ ਭਾਈ ਅੱਜ ਕੱਲ ਦੀ ਮਿਜ਼ਾਈਲਾਂ ਕਿਧਰੇ ਵੀ ਲੱਗੀਆਂ ਹੋਣ ਤੁਸੀਂ ਉਹਨਾਂ ਨੂੰ ਗਿਰਾ ਵੀ ਸਕਦੇ ਹੋ ਮਾਰ ਵੀ ਸਕਦੇ ਹੋ ਇਟ ਡਸ ਨਾਟ ਮੈਟਰ ਉਹ ਪਾਕਿਸਤਾਨ ਦੀ ਮਿਜ਼ਾਈਲਾਂ ਲੱਗ ਗਈਆਂ ਐਸੀ ਤਾਂ ਕਿ ਪਾਕਿਸਤਾਨ ਨੂੰ ਰੋੜ ਦਈਏ ਐਦਾਂ ਨਹੀਂ ਹੁੰਦਾ ਉਹ ਪੁਰਾਣਾ ਟਾਈਮ ਸੀ ਜਦ ਮਿਜ਼ਾਈਲਾਂ ਕਿਊਬਾ ਚ ਲੱਗੀਆਂ ਤੇ ਖਲਾਲਾ ਮਚ ਗਿਆ ਥਰਡ ਵਰਲਡ ਵਾਰਡ ਸ਼ੁਰੂ ਹੋਣ ਵਾਲੀ ਸੀ ਅਮਰੀਕਾ ਦੇ ਨੇੜੇ ਬਟ ਨਾਓ ਇਟ ਇਜ਼ ਡਸਨਟ ਮੈਟਰ ਕਿ ਮਿਜ਼ਾਈਲ ਕਿੱਥੇ ਪਈ ਹੈ ਯਾਰ ਟੈਕਨੋਲੋਜੀ ਇਨ ਐਡਵਾਂਸ ਹੋ ਗਈ ਬਦਲ ਗਈ ਟੈਕਨੋਲੋਜੀ ਉਹ ਉਸੇ ਗੱਲ ਨੂੰ ਲੈ ਕੇ ਯੂਕਰੇਨ ਦੇ ਉੱਤੇ ਜੰਗ ਕਰ ਲੈਂਦੇ ਠੀਕ ਹੈ ਉਹ ਜੰਗ ਕਰਨ ਦਾ ਕੌਜ਼ ਕੀ ਹੈ ਰੀਅਲ ਜੰਗ ਕਰਨ ਦਾ ਕੌਜ਼ ਹੈ ਕਿ ਰਸ਼ੀਆ ਨੂੰ ਆਪਣੀ ਪੋਪੂਲੇਸ਼ਨ ਨੂੰ ਡਿਸਟਰੈਕਟਡ ਰੱਖਣਾ ਨਹੀਂ ਤਾਂ ਉਹ ਰਾਜ ਹੀ ਨਹੀਂ ਕਰ ਸਕਦਾ so they had to uh, attack ukraine ਤੁਸੀਂ ਕਿਹਾ ਵਰਤ ਸੀ 올ਿਗਾਰਕ ਕੀ ਉਹ 올ਿਗਾਰਕ ਮੀਨਸ ਉਹ ਬਹੁਤ ਜ਼ਰੂਰੀ ਗੱਲ ਹੈ ਸਮਝਾਣੀ 올ਿਗਾਰਕ ਇਜ਼ ਅ ਸੁਪਰ ਰਿਚ ਪਾਵਰਫੁਲ ਪਰਸਨ اور ਸੁਪਰ رچ بہت زیادہ امیر ہاں ਸੁਪਰ رچ ہے نا پاور فل پرسن 올ਿਗਾਰਕ ਹੁਣ ਉਹਦੇ ਮੈਂ ਤੁਹਾਨੂੰ ਇਹਦੇ ਨਾਲ ਕਨੈਕਸ਼ਨ ਦੱਸਦਾ ਜਿਹੜੇ ਮੁਲਕ ਚ ਅਨਫੈਟਡ بے لگام ਇਨਹੈਰੀਟੈਂਸ ਹੈਗੀ ਹੈ ਉੱਥੇ ਜਿਹੜੀ ਡੈਮੋਕ੍ਰੇਸੀ ਅਗਰ ਹੈ ਵੀ ਉਹ ਥੋੜੀ ਦੇਰ ਨੂੰ 올ਿਗਾਰਕੀ ਬਣ ਜਾਂਦੀ ਹੈ ਮਤਲਬ 올ਿਗ ਉਹ ਰਾਜੇ ਹੋ ਜਾਣਗੇ ਉਹ ਉਹ ਰਾਜੇ ਕਿਉਂਕਿ ਸਾਡੇ ਵੀ ਤੁਸੀਂ ਦੇਖ ਲਓ ਪਾਰਲੀਮੈਂਟ ਵਿੱਚ 올ਿਗਾਰਕਸ ਜ਼ਿਆਦਾ ਨੇ ਮਤਲਬ 올ਿਗਾਰਕੀ ਹੈ ਸਾਡੇ ਕਿ ਆਮ ਬੰਦਾ ਰਾਜ ਕਰਨ ਵਾਸਤੇ ਨਹੀਂ ਜਾ ਨਹੀਂ ਜਾ ਸਕਦਾ ਇਲੈਕਸ਼ਨ ਜਿੰਨੀ ਮਹਿੰਗਾ ਕਰਤੀਆਂ ਨੇ ਠੀਕ ਹੈ ਨਾ ਸੋ 올ਿਗਾਰਕੀ ਬਣ ਕੇ ਹੁਣ ਅਮੀਰਾਂ ਦਾ ਰਾਜ ਹੋ ਗਿਆ ਉਹ ਇਹ ਜਿਹੜਾ ਅਮੀਰਾਂ ਦਾ ਰਾਜ ਹੈ ਬੜਾ ਕ੍ਰਿਟੀਕਲ ਹੈ ਇਹ ਬਿਨਾ ਸਾਡੇ ਨੋਟਿਸ ਤੋਂ ਚੋਰਾਂ ਦਾ ਰਾਜ ਬਣ ਜਾਂਦਾ ਹੈ 올ਿਗਾਰਕੀ ਟਰਨਸ ਟੂ ਕਲੇਪਟੋਕ੍ਰੇਸੀ ਕਲੇਪਟੋਕ੍ਰੇਸੀ ਕਲੇਪਟੋ ਕਲੇਪਟੋਮੇਨੀਅਕ ਮੀਨਸ ਅ ਥੀਫ ਸੋ ਦ ਰੂਲ ਆਫ ਦ ਥੱਗਸ ਓ ਮਾਈ ਗੋਡ ਅੱਛਾ ਤੇ ਉਹ ਹੋ ਰਿਹਾ ਇੰਡੀਆ ਚ ਉਹ ਸ਼ਕਲ ਤੇ ਥੋੜੀ ਲਿਖਿਆ ਕਿ ਮੈਂ ਥੱਗਾਂ ਦੇ ਠਾਕਰਾਜ ਕਰ ਰਹੇ ਜੀ ਭਾਰਤ ਦੇ ਵਿੱਚ ਕਿਉਂਗੇ ਪੁਸ਼ਤਾਨੀ ਜ਼ਾਦਾਤ ਤੇ ਅੰਕੁਸ਼ ਨਹੀਂ ਇੱਥੇ ਜਿਹੜੀ ਇਨਹੈਰਟੈਂਸ ਹੈ ਅਨਫੈਟਡ ਹੈ ਅੰਗਰੇਜ਼ੀ ਚ ਕਾਂਗੇ ਕਿ ਜੇ ਪੁਸ਼ਤਾਨੀ ਜ਼ਾਦਾਤ ਤੇ ਅੰਕੁਸ਼ ਨਹੀਂ ਫਿਰ 올ਿਗਾਰਕੀ ਯਾਨੀ ਕਿ ਰਾਜੇ ਬਣ ਜਾਂਦੇ ਹਨ ਅਮੀਰ ਜਿਹੜੇ ਰਾਜੇ ਹੁੰਦੇ ਐ ਉਹ ਕਲੇਪਟੋ ਕਲੇਪਟੋਕ੍ਰੇਸੀ ਕਲੇਪਟੋਕ੍ਰੇਸੀ ਹਜੇ ਕੀ ਪੂਰਾ ਬਾਦ ਆ ਜਾਂਦਾ ਤੇ ਇਹ ਠਗਵਾਤ ਤਾਂ ਹੈਗਾ ਜੀ ਇਹਦਾ ਆ ਗਿਆ ਸਾਡੇ ਪੰਜਾਬ ਵੀ ਆ ਗਿਆ ਨਹੀਂ ਬਾਕੀ ਸੂਬਿਆਂ ਚ ਵੀ ਆ ਗਿਆ ਦੱਸੋ ਨਾ ਅਗਰ ਕਮ ਟੂ ਦੀ ਮੇਨ ਇਸ਼ੂ ਯੂ نو ਜਿਹੜੀ ਫੰਡਾਮੈਂਟਲ ਚੀਜ਼ ਹੈ ਉਹ ਨੂੰ ਇੱਕ ਵਾਰੀ ਫੜ ਕੇ ਛੱਡ ਨਹੀਂ ਸਕਦੇ ਸੋ ਉਹ ਦੀ ਡੈਮੋਕ੍ਰੇਸੀ ਕਨਵਰਟਸ ਟੂ 올ਿਗਾਰਕੀ 올ਿਗਾਰਕੀ ਕਨਵਰਟਸ ਟੂ ਕਲੇਪਟੋਕ੍ਰੇਸੀ ਨੂੰ ਕੈਂਸਰ ਹੋ ਜਾਂਦਾ ਤੁਹਾਨੂੰ ਸਭ ਸਮਝ ਲਓ ਫਿਨਿਸ਼ ਹੋ ਗਿਆ ਸਮਾਜ ਨੂੰ ਕੈਂਸਲ ਹੋ ਗਿਆ ਹੋ ਗਿਆ ਕੁਝ ਹੀ ਨਹੀਂ ਕਰ ਸਕਦਾ ਤੁਸੀਂ ਹੁਣ ਜਿਹੜੀ ਪੋਲਿਟਿਕਸ ਹੈ ਡਿਸਟਰੈਕਸ਼ਨ ਦੀ ਪੋਲਿਟਿਕਸ ਹੈ ਮੈਂ ਤੁਹਾਨੂੰ ਜਿਹੜੀ ਗੱਲ ਦੱਸਣ ਲੱਗਾ ਸੀ ਮੇਰੇ ਦਿਮਾਗ 'ਚ ਪਹਿਲੇ ਸਲਿੱਪ ਕਰਕੇ ਤੁਸੀਂ ਕੀ ਸਮਝਦੇ ਹੋ ਕਿ ਇਜ਼ਰਾਈਲ 'ਚ ਕਿਹੜੀ ਪਾਲਿਸੀ ਚੱਲਦੀ ਹੈ ਹੂੰ ਇਜ਼ਰਾਈਲ ਜਿਹੜਾ ਮੋਲਕ ਹੈ ਅਨਫਿਟਡ ਇਨਹੈਰਟੈਂਸ ਦਾ ਮੋਲਕ ਹੈ ਬੇਲਗਾਮ ਪੁਛਤਾਨੀ ਜੁਦਾਤਾ ਦਾ ਹੱਕ ਹੈ ਮੈਨੂੰ ਕੁਝ ਨਹੀਂ ਕਹਿਣ ਦੀ ਜ਼ਰੂਰਤ ਹੋਰ ਅਮਰੀਕਾ ਦੇ ਜਿਹੜੇ ਬਹੁਤ ਜ਼ਿਆਦਾ ਅਮੀਰ ਹੈ ਉਹਨਾਂ ਨੂੰ ਪਤਾ ਮੇਰੇ ਟੈਕਸ ਲੱਗ ਜਾਣਾ ਭਾਵੇਂ ਹੁਣ ਘੱਟ ਲੱਗੇ ਉਹਨਾਂ ਦੀ ਜਿਹੜੀਆਂ ਵੋਟੀਆਂ ਨੇ ਜਾਂ ਕੋਈ ਵੋਟੀ ਹੈ ਉਹ ਇਜ਼ਰਾਈਲ ਦੀ ਉਹ ਉਹ ਕਿੰਨੇ ਨੇ ਸਿਟੀਜ਼ਨ ਬਣ ਜਾਂਦੇ ਸਿਟੀਜ਼ਨ ਬਣ ਜਾਂਦੇ ਤਾਂ ਕਿ ਉਹਨੂੰ ਟੈਕਸ ਨਾ ਲੱਗੇ ਅੱਛਾ ਨਾਓ ਲੁੱਕ ਐਟ ਇਜ਼ਰਾਈਲ ਛੋਟਾ ਜਿਹਾ ਮੁਲਕ ਸਾਰੇ ਆਰਮਡ ਪਰਸਨਸ ਉੱਥੇ ਸਾਰਿਆਂ ਨੇ ਆਮੀ ਟ੍ਰੇਨਿੰਗ ਲੈਂਦੀ ਹੋਈ ਤੇ ਉਹਦੇ ਉੱਤੇ ਤੁਸੀਂ ਇਹ ਅਨਫੈਟਡ ਇਨਹੈਰੀਟੈਂਸ ਦੀ ਜਾਦੂ ਉਹਨਾਂ ਨੂੰ ਜ਼ਹਿਰ ਪਿਲਾਤਾ ਅੱਜ ਦੀ ਡੇਟ ਚ ਉਹ ਕੁਝ ਵੀ ਕਰਨ ਨੂੰ ਤਿਆਰ ਨੇ ਤਾਂ ਕਿ ਅਟੈਂਸ਼ਨ ਡਿਸਟਰੈਕਟਡ ਰਹੇ ਮੈਂ ਇਹਦਾ ਤੁਹਾਨੂੰ ਵਿਆਖਿਆ ਆਪਣੇ ਦਰਸ਼ਕਾਂ ਲਈ ਪੰਜਾਬ ਦੇ ਦਰਸ਼ਕਾਂ ਲਈ ਇਸ ਤਰ੍ਹਾਂ ਕਰਦਾ ਜੇ ਮੋਦੀ ਜੀ ਕਹਿੰਦੇ ਆ ਜੀ ਮੰਗਲ ਸੂਤਰ ਖੋ ਦੇਣਗੇ ਸਦਾਜੀ ਕਹਿੰਦੇ ਆ ਮੰਗਲ ਸੂਤਰ ਇੱਕ ਤਾਂ ਰੱਖ ਲਓ ਤੁਸੀਂ ਕਈ ਬੀਪੀਆਂ ਕਹਿਣਗੀਆਂ ਵੀ ਮੰਗਲ ਸੂਤਰਾਂ ਦੇ ਡਿਜ਼ਾਈਨ ਵੱਖ-ਵੱਖ ਹੁੰਦੇ ਆ ਤੇ ਕਿਉਂਗਾ ਮੈਂ 8-10 ਮੰਗਲ ਸੂਤਰ ਰੱਖ ਲਾਂ ਭਾਵੇਂ ਘਰ ਦਾ ਇੱਕੋ ਹੀ ਹੋਵੇ ਉਹਦਾ ਉਹ ਉਹ ਉਹਦੇ ਆਪਾਂ ਡਿਬੇਟ ਨਹੀਂ ਕਰਦੇ ਪਰ ਉਹ ਕਹਿੰਦੇ ਵੀ ਨਹੀਂ ਮੈਂ ਡਿਜ਼ਾਈਨ ਵੱਖਰੇ ਕੋਈ ਵੱਡਾ ਮੰਗਲ ਸੂਤਰ ਕੋਈ ਛੋਟਾ ਹੈ ਮੇਰੇ ਕੋਲ ਮੈਂ ਤਾਂ 8-10 15 ਰੱਖਣੇ ਸਦਾਜੀ ਕਹਿੰਦੇ ਇਹ ਵੀ ਜਿਹੜੀ ਇਨਹੈਰੀਟੈਂਸ ਇੱਕ ਮੰਗਲ ਸੁੱਤਰ ਰੱਖਣ ਦਾ ਤਾਂ ਹੱਕ ਹੋਵੇ 8 10 15 ਰੱਖਣ ਦਾ ਹੱਕ ਨਾ ਹੋਵੇ ਕਿਉਂਕਿ ਉਹਦੇ ਨਾਲ ਜਿਹੜਾ ਪੂੰਜੀਵਾਦ ਹੈ ਉਹ ਇੱਕ ਥਾਂ ਤੇ ਆ ਜਾਏਗਾ ਜਿਹੜੀ ਪੂੰਜੀ ਹੈ ਸੋ ਇਹ ਜਿਹੜਾ મોદી ਜੀ ਵਾਲਾ ਐਂਗਲ ਹੈ ਨਾ ਜੀ ਉਹ ਇਸ ਤਰ੍ਹਾਂ ਐਕਸਪਲੇਨ ਕਰ ਰਿਹਾ ਸਦਾ ਸਾਹਿਬ ਕਿ મોદી ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਨਹੈਰੀਟੈਂਸ ਤੇ ਅੰਕੁਸ਼ ਲੱਗ ਜਾਏਗਾ ਕਾਂਗਰਸ ਸਰਕਾਰ ਆ ਜਾਏਗੀ ਉਹ ਬਿਲਕੁਲ ਗਲਤ ਹੈ ਝੂਠ ਹੈ ਚੱਗੋਂ ਉਹ ਪਰਦੇ ਹਿੱਤ ਵਿੱਚ ਨਹੀਂ ਜਿਹੜੀ ਗੱਲ ਮੋਦੀ ਸਾਹਿਬ ਕਹਿ ਰਹੇ ਆ ਉਹ ਦੇਸ਼ ਵਿਰੋਧੀ ਗੱਲ ਕਹਿ ਰਹੇ ਐ ਮਰਿਚ 100% ਜੀ ਤੇ ਇਹ ਇਹਦੀ ਤੁਸੀਂ ਦੇਖੋ ਕਿ ਅਮਰੀਕਾ ਚ ਕਿਵੇਂ ਹੋਇਆ 99 ਵਿੱਚ ਉਹਨਾਂ ਨੇ ਕਿਵੇਂ ਕਰਤਾ ਉਹਨਾਂ ਨੇ ਦੇਖਿਆ ਜਦ ਪਾਰਟਨ ਟੈਂ ਜਾਂਦਾ ਉਹਨਾਂ ਦਾ ਲੀਡਰ ਤੇ ਉਹ ਲੀਡਰ ਬੋਲਦਾ ਉਹ ਮੈਂ ਜਦ ਮੈਨੂੰ ਇਲੈਕਟ ਕਰੋਗੇ ਤੇ ਮੈਂ ਇਹ ਵਾਲਾ ਜਿਹੜਾ ਟੈਕਸ ਹੈ ਇਹ ਤੁਹਾਡਾ ਮਾਫ ਕਰ ਦਿਆਂਗਾ ਇਨਹੈਰੀਟੈਂਸ ਟੈਕਸ ਤੇ ਤੁਹਾਡੇ ਬੱਚੇ ਜਿਹੜਾ ਤੁਸੀਂ ਪੈਸਾ ਕਮਾਓਗੇ ਉਹ ਤੁਹਾਡੇ ਬੱਚਿਆਂ ਨੂੰ ਜਾਏਗਾ ਤੇ ਪਬਲਿਕ ਤਾਲੀਆਂ ਮਾਰੇ ਬੜੇ ਖੁਸ਼ ਹੋ ਕੇ ਪਬਲਿਕ ਨੂੰ ਇਹ ਨਹੀਂ ਪਤਾ ਕਿ ਉਹ ਜਿਹੜੇ ਤਾਲੀ ਮਾਰ ਰਹੇ ਆ ਉਹ ਉਸ ਲੈਵਲ ਤੇ ਹੀ ਨਹੀਂ ਆਉਂਦੇ ਜਿੱਥੇ ਉਹਨਾਂ ਨੂੰ ਟੈਕਸ ਪੈਣਾ ਉਹ ਬਹੁਤ ਥੋੜੇ ਲੋਕ ਹੁੰਦੇ ਆ ਜਿਹੜੇ ਉਸ ਲੈਵਲ ਨੂੰ ਕ੍ਰਾਸ ਕਰਦੇ ਆ ਬਈ ਮੇਰੇ ਸਪੋਜ਼ ਕਰੋ 20 ਕਰੋੜ 21 ਕਰੋੜ ਰੁਪਇਆ ਮੈਨੂੰ ਇਨਹੈਰੀਟੈਂਸ ਆਇਆ ਮੈਨੂੰ ਕੋਈ ਟੈਕਸ ਨਹੀਂ ਦੇਣਾ ਉਹ ਮੇਰੇ 40 ਕਰੋੜ ਆ ਗਏ ਇਨਹੈਰਟੈਂਸ ਵਿੱਚ ਤੇ 20 ਕਰੋੜ ਉੱਤੇ 40% ਲੱਗ ਜਾਊਗਾ ਹਮੇਂ ਵਿੱਦਿਆਲੇ ਉੱਪਰ ਲੈ ਆ ਵੀ ਇੱਕ ਇੱਕ ਲਿਮਿਟ ਬਣਾਓ ਉਹ ਉਹ ਨਹੀਂ ਤੁਸੀਂ ਇਹ 20 ਕਰੋੜ ਰੁਪਈਆ ਤਾਂ ਲੈ ਸਕਦੇ ਆ ਆਪਣੇ ਬਾਪ ਤੋਂ ਪਰ 20 ਤੋਂ ਗਾਂਜ 30 40 50 ਹੋ ਗਿਆ ਤੇ ਉਹ ਉਸੇ ਤਰ੍ਹਾਂ ਸਕੇਲ ਫਿਰ ਪਹਿਲਾਂ 30% ਤੇ 40% ਫਿਰ 50% ਟੈਕਸ ਤਾਂ ਕਿ ਜਿਹੜੇ ਲੋਕ ਗਰੀਬ ਨੇ ਦੇਸ਼ ਦੀ ਤਰੱਕੀ ਵਾਸਤੇ ਉਹ ਪੈਸਾ ਵਰਤਿਆ ਜਾ ਸਕੇ ਜਿਹੜਾ ਹੁਣ ਫੋਰ ਐਗਜ਼ਾਮਪਲ ਮੇਰੇ ਕੋਲ ਪੈਸੇ ਆ ਮੇਰੇ ਕੋਲ ਮੇਰੇ ਫਾਦਰ ਦੇ ਆ ਗਏ ਫਿਰ ਉਹ ਮੇਰੇ ਬੱਚਿਆਂ ਕੋਲ ਉਹਨਾਂ ਦੇ ਅੱਗੇ ਫਾਦਰ ਇਕੱਠੇ ਹੋ ਗਏ ਤੇ ਮੈਂ ਤਾਂ ਕਹੂੰਗਾ ਜੀ ਮੈਂ ਕੀ ਲੈਣਾ ਟੱਠੇ ਖੂਜ ਜਾਓ ਸੜਕ ਬਣੇ ਨਾ ਬਣੇ ਸਟਰੀਟ ਲਾਈਟ ਜਗੇ ਨਾ ਜਗੇ ਸਫਾਈ ਮੁਲਕ ਦੇ ਵਿੱਚ ਹੋਏ ਨਾ ਹੋਏ ਮੇਰੇ ਕੋਲ ਪੂੰਜੀ ਪਈ ਹੈ ਮੈਂ ਤਾਂ ਫਾਈਵ ਸਟਾਰ ਹੋਟਲ ਚ ਜਾ ਸਕਦਾ ਮੈਂ ਤਾਂ ਮौजਾਂ ਮਾਰ ਸਕਦਾ ਇਹ ਤਾਂ ਦਾ ਕੀ ਹੋਇਆ ਜੀ ਅਸਥਿਰਤਾ आएगी ਇਨ ਇਕੁਐਲਟੀ आएगी ਸਮਾਜ ਬਹੁਤ ਅੱਛੀ ਤੁਸੀਂ ਸਾਨੂੰ ਗੱਲਬਾਤ ਸੁਣਾ ਰਹੇ ਹੋ ਤੇ ਇੱਥੇ ਆਪਾਂ ਜ਼ਿਕਰ ਕਰਦੇ ਪੰਜਾਬ ਦਾ ਕੰਟੈਕਸਟ ਲਈ ਬਾਰੇ ਲੋਕ ਖੁਸ਼ ਹੁੰਦੇ ਆ ਜੀ ਲਓ ਜੀ ਲੋਕ ਕੈਪਟਨ ਸਰਕਾਰ ਨੇ ਵੀ ਕੋਈ ਟੈਕਸ ਨਹੀਂ ਲਾਇਆ ਬਾਦਲ ਸਰ ਨੇ ਟੈਕਸ ਨਹੀਂ ਲਾਇਆ ਅੱਜ ਜਿਹੜੇ ਭਗਵਾਨ ਤਮਾਨ ਦੀ ਸਰਕਾਰ ਨੇ ਵੀ ਕੋਈ ਟੈਕਸ ਨਹੀਂ ਲਾਇਆ ਇਹ ਟੈਕਸ ਨਾ ਲਾ ਕੇ ਕਿਸ ਕਿਸਮ ਦੀ ਅਸੀਂ ਗਵਰਨਮੈਂਟ ਬਣਾ ਰਹੇ ਆ ਕਿਸ ਕਿਸਮ ਦਾ ਲੋਕ ਰਾਜ ਅੱਗੇ ਲੈ ਕੇ ਜਾ ਰਹੇ ਆ ਇਹਦੇ ਨਾਲ ਤੁਸੀਂ ਵੇਖੋ ਇਨਹੈਰੀਟੈਂਸ ਦੀ ਪਾਲਿਸੀ ਲਾਗੂ ਆ ਟੈਕਸ ਤੁਸੀਂ ਦੇਣਾ ਨਹੀਂ ਤੇ ਫਿਰ ਜਿਹੜੇ ਠੱਗ ਠਗਾਂ ਦੇ ਠੱਗ ਜਿਹਦੇ ਬਾਰੇ ਅਸੀਂ ਪੰਜਾਬ ਦਸਤਾਵੇਜ਼ ਤੇ ਬਹੁਤ ਰੌਲਾ ਪਾਉਂਦੇ ਆ ਉਹਨਾਂ ਦੀ ਗਿਣਤੀ ਵਧਦੀ ਜਾਏਗੀ ਵਧਿਗੇ ਫਿਰ ਉਹ ਇਕੱਠੇ ਕਰੀ ਜਾਣਗੇ ਅਸੀਂ ਉਸਲੇ ਜਾਵਾਂਗੇ ਹਰ ਕੰਮ ਪੈਸਾ ਦੇ ਕੇ ਹੋਏਗਾ ਹਰ ਕੰਮ ਕਿਉਂ ਸਰ கரੈਕਟ கரੈਕਟ ਜੀ ਪੰਜਾਬ ਵਿੱਚ ਤੇ ਇਹ ਵੀ ਹੋ ਗਿਆ ਸੀਗਾ ਕਿ ਜੇ ਖਾਨਦਾਨ ਦੇ ਵਿੱਚ ਕੋਈ ਸੇਲ ਹੁੰਦੀ ਲੈਂਡ ਦੀ ਉਹਦੀ ਤੇ ਸਟੈਂਪ ਡਿਊਟੀ ਵੀ ਨਹੀਂ ਦੇਣੀ ਪੜਗੀ ਮਤਲਬ ਉਹ ਬਾਹਰ ਦੀ ਗਾਹ ਦੀ ਗਾਤ ਹੋਰੀ ਜਾਂਦਾ ਸੋ ਜੇ ਤੁਸੀਂ ਸਥਿਤਾ ਦੇਖੋ ਜੋ ਜਿਹੜਾ ਹੁੰਦਾ ਨਾ ਸੋਸ਼ਲ ਫੈਬਰਿਕ ਜੀ ਮੈਂ ਤੁਹਾਨੂੰ ਮਿਲਦਾ ਸਤਿ ਸ਼੍ਰੀ ਅਕਾਲ ਕਰਦਾ ਤੁਸੀਂ ਕਿਧਰੋਂ ਜਾਂਦੇ ਉੱਥੇ ਔਰ ਬੰਦੇ ਨੇ ਰਿਕਸ਼ਾ ਵਾਲਾ ਬੋਲਦਾ ਸਲਾਮ ਸਾਰੇ ਇਹ ਬੜੀ ਨਾਜ਼ੁਕ ਚੀਜ਼ ਹੈ ਇਹਨੂੰ ਤੁਸੀਂ ਖਿੱਚ ਤਾਨ ਕਰੋਗੇ ਨਾ ਜਿਸ ਦਿਨ ਇਹ ਪਟਿਆ ਉਹ ਨਹੀਂ ਬੱਚੇਗਾ ਫਿਰ ਕੋਈ so please that is that is the, that is the uh, uh, issue with inheritance uh, policy so hun tusi ki anu anu present context ji aajkal di chuna chal rahi hai ede vich bahut bada masla baneya hoya hai e nu kida tusi link karoge apni gal ta e main dasda exactly the same hoya siga america 1919 leaders ne e nu kumata ਓਏ ਤੁਹਾਡੇ ਮਰਨ ਤੇ ਟੈਕਸ ਲੱਗ ਜਾਂਦਾ ਓਏ ਤੁਹਾਡਾ ਡੈਕ ਡੈਥ ਟੈਕਸ ਆ ਉਹ ਫਲਾਣਾ ਟਮ ਕਣਾ ਕਰ ਕਰਾ ਕੇ ਰੋਲਾ ਰੱਪਾ ਪਾ ਕੇ ਉਹ ਖਤਮ ਕਰਤਾ ਕਿਸੇ ਨੇ ਆਪੋਜ਼ ਨਹੀਂ ਕੀਤਾ ਉਹ ਹੁਣ ਫਸੇ ਪਏ ਉਸ ਤੋਂ ਬਾਅਦ ਹੁਣ ਉਹ ਜਿਹੜੇ ਅਮੀਰ ਜ਼ਾਦੇ ਨੇ ਉਹ ਛੱਡਦੇ ਨਹੀਂ ਪਏ ਉਹਨੂੰ ਉਹ ਨਹੀਂ ਛੱਡਦੇ ਤਾਂ ਉਹ ਕੋਈ ਫਿਰ ਕਦੀ ਕੋਈ ਕਹਿੰਦਾ ਛੇ ਸਲੇਟਾਂ ਵਿੱਚ ਹੀ ਹੈ ਜੀ ਬਾਕੀ ਅਮਰੀਕਾ ਫ੍ਰੀ ਹੈ ਜੀ ਇਹ ਹੈ ਅਰੇ ਅਮਰੀਕਾ ਇਜ਼ ਗੋਇੰਗ ਡਾਊਨ ਹਿੱਲ ਯੂ ਸੀ ਵਾਟ ਇਜ਼ ਹੈਪਨਿੰਗ ਬਿਲਕੁਲ ਥੱਲੇ 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 ਜਾ ਹੀ ਜਾਂਦਾ ਇੱਕ ਬੰਦੇ ਨੇ ਛਾਪਿਆ ਬੜਾ ਕਲੀਅਰ ਇੰਡੀਕੇਸ਼ਨ ਦੇ ਕੇ ਇਨਇਕੁਐਲਿਟੀ ਇਨ ਅਮਰੀਕਾ ਮੈਚਸ ਦੀ ਇਨਇਕੁਐਲਿਟੀ ਟੁਡੇ ਇਨ ਬੰਗਲਾਦੇਸ਼ ਅੱਛਾ ਛਪੀ ਹੋਈ ਚੀਜ਼ ਹੈ ਮੈਂ ਮੈਂ ਆਪਣੇ ਵੱਲੋਂ ਨਹੀਂ ਕਹਿੰਦਾ ਛਪੀ ਹੋਈ ਚੀਜ਼ ਇਨ ਫੈਕਟ ਇਸ ਚੀਜ਼ ਨੂੰ ਤੁਸੀਂ ਸਾਰੇ ਬੰਦੇ ਤੁਹਾਡੇ ਦਰਸ਼ਕ ਦੇਖਣ YouTube ਤੇ ਬੈਠੇ ਇਨਇਕੁਐਲਿਟੀ ਦਾ ਕੀ ਕਹਾਣੀ ਹੈ ਇੰਡੀਆ ਚ ਬਾਕੀ ਮੁਲਕ ਛੱਡ ਦਿਓ ਉਹ ਇੰਨੀ ਬੁਰੇ ਹਾਲ ਨੇ ਸਾਡੇ ਕਿ ਵੀ ਹੈਵ ਨੋ ਮਤਲਬ ਮੈਨੂੰ ਤਾਂ ਸ਼ਰਮ ਆਣ ਲੱਗ ਪੈਂਦੀ ਫ੍ਰੈਂਕਲੀ ਐਂਡ ਬਿਕੋਜ਼ ਆਈ ਨੋ ਕਿ ਇਹ ਕਿਉਂ ਹੋਇਆ ਮੈਨੂੰ ਪਤਾ ਹੈ ਕਿ ਇਹ ਪੋਲੀਟਿਸ਼ੀਅਨ ਨੇ ਐਸ ਤਰ੍ਹਾਂ ਕਿਹਾ ਰਸੋਲਾ ਸਾਹਿਬ ਹਾਂ ਜੀ ਜਦੋਂ ਕਾਂਗਰਸ ਤੇ ਭਾਜਪਾ ਨੇ ਇਲਜ਼ਾਮ ਲਾਇਆ ਕਿ ਇਨਹੈਰੀਟੈਂਸ ਤੁਹਾਡੀ ਖੋ ਦੇਗੀ ਜੇ ਕਾਂਗਰਸ ਦਾ ਰਾਜ ਆ ਗਈ ਤੇ ਫਿਰ ਕਾਂਗਰਸ ਡਰਦੀ ਕਿਉਂ ਹੈ ਗੱਲ ਤੋਂ ਇਹ ਸੱਚੀ ਗੱਲ ਤੇ ਸਹੀ ਗੱਲ ਤੇ ਖੜਦੀ ਕਿਉਂ ਨਹੀਂ ਕਾਂਗਰਸ ਉਹ ਦੇਖੋ ਜੀ ਕੋਈ ਵੀ ਗੱਲ ਕਿਸੇ ਨੂੰ ਕਹਿਣੀ ਹੋਏ ਉਹ ਇੱਕ ਮਾਹੌਲ ਬਣਾਉਣਾ ਪੈਂਦਾ ਪਹਿਲੇ ਤੇ ਮਾਹੌਲ ਬਣਾ ਕੇ ਫਿਰ ਡਿਲੀਵਰੀ ਕਰਨੀ ਪੈਂਦੀ ਜਦ ਮੈਂ ਇਹ ਗੱਲ ਲਿਖੀ ਸੀਗੀ ਮੈਂ ਸਿੰਗਲ ਪਰਸਨ ਨੇ ਲਿਖਿਆ ਸੀਗਾ ਆਈਡੀਆ ਬڑے ਲੋਕਾਂ ਨੂੰ ਦੱਸਿਆ ਮੈਂ ਕਿ ਸੋਚਿਆ ਮੈਂ ਬਹੁਤ ਵੀਅਰ ਵਾਸ ਇਸ ਕਿਹੜੇ ਸਾਲ ਲਿਖਿਆ 2009 ਦੱਸਦੀ ਹੈ 9000 ਤੇ ਕਿਸੇ ਨੇ ਛਾਪਿਆ ਨਹੀਂ 9000 ਅੱਛਾ ਹਾਂਜੀ ਫਿਰ ਮੈਂ ਖੁਸ਼ਵੰਤ ਸਿੰਘ ਜੀ ਨੂੰ ਲਿਖਿਆ ਮੈਂ ਕਿ ਦੇਖ ਭਾਈ ਮੈਂ ਜਾਣਦਾ ਤੂੰ ਇਨਹੈਰੀਟੈਂਸ ਦੇ ਉੱਤੇ ਬਹੁਤ ਐਸ਼ ਕੀਤੀ ਪਰ ਤੇਰੀ ਪ੍ਰਾਪਰਟੀ ਸੀ ਖੁਸ਼ਵੰਤ ਸਿੰਘ ਕੋਲ ਪਰ ਮੈਂ ਕਨਾਰਟ ਪਲੇਸ ਚ ਕਿਹਾ ਮੈਂ ਕਿ ਸਰ ਜੀ ਤੁਹਾਡੇ ਕੋਲ ਇੱਕ ਖਾਸੀਅਤ ਹੈ ਜਿਹੜਾ ਮੈਂ ਇਹਦੇ ਚ ਲਿਖਿਆ ਵੀ ਹੋਇਆ ਤੁਸੀਂ ਡਾਇਨੇਸਟਿਕ ਸਲੇਵ ਨਹੀਂ ਬਣੇ ਜਿੱਥੇ ਅਨਫੈਟਡ ਇਨਹੈਰੀਟੈਂਸ ਹੋਏ ਨਾ ਬੰਦਾ ਬਣ ਜਾਂਦਾ ਗੁਲਾਮ ਆਪਣੀ ਕਟੂਮਬ ਦਾ ਤੂੰ ਨੂੰ ਮੈਂ ਕਹਿੰਦਾ ਡਾਇਨੇਸਟਿਕ ਸਲੇਵ ਤੁਸੀਂ ਡਾਇਨੇਸਟਿਕ ਸਲੇਵ ਨਹੀਂ ਬਣੇ ਤੇ ਨਾ ਹੀ ਤੁਹਾਡਾ ਪੁੱਤਰ ਬਣਿਆ ਠੀਕ ਹੈ ਸੋ ਤੁਹਾਨੂੰ ਚੰਗਾ ਲੱਗਦਾ ਤੇ ਤੁਸੀਂ ਇਹਨੂੰ ਇਹਦੇ ਬਾਰੇ ਗੱਲ ਕਰੋ ਉਹਨਾਂ ਨੇ ਹਿੰਦੁਸਤਾਨ ਟਾਈਮਜ਼ ਵਿੱਚ ਸੈਂਟਰ ਪੇਜ ਉੱਛਾਪਤਾ ਉਹ ਵਾਈ ਮੋਰ ਅੱਛਾ ਫੁੱਲ ਯੂ ਗਵਰਨਮੈਂਟ ਛ ਟ੍ਰੋਡਿਊਸ ਇਨਹੈਰੀਟੈਂਸ ਟੈਕਸ ਯੈਸ ਅੱਛਾ ਕੁਸ਼ਵੰਤ ਸਿੰਘ ਕਹਿ ਰਿਹਾ ਜੀ ਮੇਰਾ ਧਿਆਨ ਨਾ ਵੇਖ ਲੋ ਥੋੜਾ ਨਾ ਹੈ ਇਹ ਵੈਰੀ ਗੁੱਡ ਇਹ ਵਿੱਚ ਇਅਰ ਵਾਸ ਇਸ ਜੀ ਸਾਲ ਹੈਗਾ 2010 3 10 2010 ਦੇ ਹਿੰਦੂਸਤਾਨ ਟਾਈਮਜ਼ ਦੇ ਵਿੱਚ ਸਦਾਤ ਸਾਹਿਬ ਦਾ ਜਿਹੜਾ ਸੁਝਾਅ ਸੀ ਉਹ ਖੁਸ਼ਵੰਤ ਸਿੰਘ ਜਿਹੜੇ ਪ੍ਰਸਿੱਧ ਲੇਖਕ ਵੀ ਸੀ ਔਰ ਐਡੀਟਰ ਵੀ ਰਹੇ ਉਹਨਾਂ ਨੇ ਇਹਨਾਂ ਦਾ ਹਵਾਲਾ ਦੇ ਕੇ ਛਾਪਿਆ ਇਹਨਾਂ ਨੂੰ ਰਿਕਗਨਾਈਜ਼ ਕੀਤਾ ਔਰ ਇਹ ਵਿਵਾਦ ਹੁਣ ਦੁਬਾਰਾ ਅੱਜ ਦੀ ਚੋਣ ਦੇ ਵਿੱਚ ਦੁਬਾਰਾ ਭਾਰ ਦੇ ਵਿੱਚ ਸ਼ੁਰੂ ਹੋਇਆ ਉਹ ਸੁਝਾਅ ਬੜਾ ਚੰਗਾ ਸੀ पर यह रोल खुल गया क्यों जी हाँ अगर सुनो ए नहीं कि छे महीन बाद आ, मीटिंग हुई प्लानिंग कमिशन की मनटेक सिंह आलोवालिया चिदंबरम ने कहा कि भाई जे कोई कहता कि इनहेरिटेंस टैक्स आए इट शुड बी कंसिडर्ड एज ए पॉजिटिव थिंग टू डू एज ए टैक्स की कहने मोडिफिकेन क्यों हाँ फिर ना गलबात उ ਤੇ ਅੱਗੇ ਹੋਰ ਦੇਖੋ ਪੀਟੀਆਈ ਦੀ ਖਬਰ ਹੈ ਮੁੰਟੇਕ ਸਿੰਘ ਅਦਵਾਲੀਆ ਨੇ ਵੀ ਇਨਹੈਰੀਟੈਂਸ ਟੈਕਸ ਦੀ ਸਪੋਰਟ ਕੀਤੀ ਜੀ ਆਹ ਦੇਖੋ ਵਰਲਡ ਬੈਂਕ ਨੇ ਵੀ ਕਿਹਾ ਕਿ ਇੰਡੀਆ ਨੂੰ ਇਨਹੈਰੀਟੈਂਸ ਟੈਕਸ ਲਗਾਉਣਾ ਚਾਹੀਦਾ ਹੈ ਵਰਲਡ ਬੈਂਕ ਦੀ ਖਬਰ ਹੈ ਇਨਹੈਰੀਟੈਂਸ ਟੈਕਸ ਦੀ ਸਪੋਰਟ ਕੀਤੀ ਭਾਰਤ ਦੇ ਵਿੱਚ ਆਹ ਇੱਕ ਖਬਰ ਹੈਗੀ ਹੈ ਜੀ ਸਤੰਬਰ 2025 ਦੀ ਜੀ ਅਕੀਦਾਂਬਰਮ ਸਾਹਿਬ ਦੀ ਸਟੇਟਮੈਂਟ ਸੀ ਕਿ ਬਈ ਜੇ ਕੋ ਇਨਹੈਰਟੈਂਸ ਟੈਕ ਲਗਾਣਾ ਪਾਣਾ ਕਿਦਾਂਬਰਮ ਸਾਹਿਬ ਦੀ ਸਟੇਟਮੈਂਟ ਟਾਈਮ ਫਾਰ ਡਿਬੇਟ ਔਨ ਇਨਹੈਰਟੈਂਸ ਕਹਿੰਦੇ ਜੀ ਇਨਹੈਰਟੈਂਸ ਟੈਕਸ ਤੇ ਗੱਲਬਾਤ ਕਰਨ ਦਾ ਸਮਾਂ ਆ ਗਿਆ ਸਿਦਾਂਬਰਮ ਨੇ ਕਿਹਾ ਇਹਦੀ ਤਰੀਕ ਹੈ ਨਵੰਬਰ 8 2012 ਇਹ ਖਬਰ ਹੈਗੀ ਹੈ ਪੀਟੀਆਈ ਨਿਊਜ਼ ਏਜੰਸੀ ਦੀ ਯੂ ਕੈਨ ਸੀ ਇਟ ਅਗੇਨ ਏ ਐਚ ਸੋ ਇਹ ਵਿਸ਼ਾ ਤਾਂ ਤਕੋ ਉੱਠਿਆ ਬਹੁਤ ਵਾਜਿਬ ਉੱਠਿਆ ਪਰ ਜੋ ਅੱਜ ਦੀ ਇਲੈਕਸ਼ਨ ਦੇ ਵਿੱਚ ਇਸ ਤੇ ਚਰਚੇ ਹੋ ਰਿਹਾ ਉਹ ਬੜੇ 네ਗੇਟਿਵ ਤਰੀਕੇ ਨਾਲ ਹੋ ਰਿਹਾ ਦਰਸ਼ਕੋ ਇਸ ਨੂੰ ਮਤਲਬ ਕਿ ਪੋਲਿਟੀਸਾਈਜ਼ ਕੀਤਾ ਜਾ ਰਿਹਾ ਹੈ 네ਗੇਟਿਵ ਤਰੀਕੇ ਨਾਲ ਮੋਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਇਹ ਜਿਹੜੀ ਸਮਝ ਹੈ ਇਹ ਜਿਹੜੀ ਜਿਹੜੇ ਇਸ ਚੀਜ਼ ਨੂੰ ਨਿੰਦਰੇ ਇਸ ਪਾਲਿਸੀ ਨੂੰ ਉਹ ਮੈਂ ਸੋਚਦਾ ਛੋਟੇ ਦਿਮਾਗ ਵਾਲੇ ਲੈਸ ਐਜੂਕੇਟਿਡ ਅੰਨਪੜਾ ਨਹੀਂ ਗੱਲ ਕਰ ਰਹੇ ਆ ਡੀਪਲੀ ਸੋਚ ਨਹੀਂ ਰਹੇ ਕਿ ਇਸ ਪਾਲਿਸੀ ਦਾ ਸਮਾਜ ਨੂੰ ਭਾਰਤ ਨੂੰ ਕਿੰਨਾ ਫਾਇਦਾ ਹੋਣਾ ਇਹਨਾਂ ਕਿੰਨੀ ਬਰਾਬਰਤਾ ਆਏਗੀ ਸਮਾਜ 'ਚ ਸੋ ਫਿਰ ਕੀ ਕਹੋਗੇ ਤੁਸੀਂ ਮੋਦੀ ਸਾਹਿਬ ਪਰ ਡਿਗਰੀ ਦਾ ਤਾਂ ਰੌਲਾ ਉਹਨਾਂ ਦਾ ਪਹਿਲਾਂ ਵੀ ਪੈਂਦਾ ਰਹਿੰਦਾ ਖੈਰ ਆਪਾਂ ਉਸ ਵਿਸ਼ੇ 'ਚ ਜਾਣਾ ਨਹੀਂ ਖੈਰ ਜਿਹੜਾ ਉਹਨਾਂ ਨੇ ਮੰਗਲ ਸੂਤਰ ਦਾ ਇੱਕ ਸ਼ੁਰੂ ਕਰਕੇ ਅ ਇੱਕ ਚਰਚਾ ਸ਼ੁਰੂ ਕਰਤੀ ਹੈਰਿਟੈਂਸ ਬਾਰੇ ਉਹ ਬਹੁਤ ਮਹਾਨਤ ਭਾਗੀ ਹੈ ਤੇ ਆ ਤੁਸੀਂ ساری ਗੱਲ ਸਾਡਾ ਸਾਹਿਬ ਜੀ ਤੁਹਾਨੂੰ ਸਮਝਾਤੀ ਹੈ ਸਾਹਿਬ ਸਾਹਿਬ ਤੁਹਾਡਾ ਮਿਲ ਕੇ ਬਹੁਤ ਸਾਨੂੰ ਮਜ਼ਾ ਆਇਆ ਜੀ ਬਹੁਤ ਤੁਸੀਂ ਵੈਖਿਆ ਕੀਤੀ ਤੁਹਾਡੇ ਦੋ ਆਜ਼ਾਦ ਚੋਣੇ ਸਮਝਾਜਤ ਨਹੀਂ ਨਾ ਧੰਨਵਾਦ ਸਤਿਕਾਰ ਕਰავਿਸ